एडा मेला कचहरी च नहीं लगता जिन्ना मेला इत्थे लगे होया। कोई शर्ट कितनी प्यारी हैगी है, आ ना देखिए दी बॉटम कितनी सोहनी हैगी है, प्रिंट बॉटम आ गई है दी, ठीक है। ते नाल देखो दुपट्टे कितने सोहने है दे, बेजा होणी मेरा जो पालना सिर्फ 300 ते 50 रुपए दा पा देना, मैंने 300 ते 50 रुपए रेंज। सरगुन मेहता या निमरत खैरा तो कट नहीं लगना, तुसी भी पूरी टक्कर देनी है उन्हां नूं ये सूट पाके। पूरी टक्कर दोगे मारे भलेखे पैने शुरू होने, तुसी पालना सूट देखो तां मैं तुहानूं एक खुला चैलेंज कर देना, जिहड़ा साडी वीडियो वध तों शेयर करूंगा, लाइक करूंगा, वधी वधी कमेंट करूंगा, मैं स्टार्टिंग च आपां तुहानूं गिफ्ट कर देना। नारकली बहुत चलदी अजकल, उहदा बहुत ट्रेंड हैगा नारकलियां दा, कि सानूं नारकली प्लीज दिखाओ। आ देखो नारकली किन्ने किन्ने सोहणे कलर आ चुके हैं, किन्ने किन्ने प्यारे स्टाइल हैगे आ, फ्रंट बैक पूरा बणिया, बाजू पूरी बणी होई है, जिदा ना तू दी छां ठंडी हुंदी है, संघणी हुंदी है, ते मारे बूटी देखो ऐ संघणी है, ते ऐ पूरा ठंडा सूट हैगा कॉटन दा, ए कोई मंगदा मारे 1500 कोई मंगदा 1700 रुपया, आपां तुहानूं मैडम 695 रुपए देणा, इह वी 695 रुपए च। की कारण की है इधरों ही शॉपिंग करन दा पिछले 12-13 साल? इक ते इहनां दा जिदा वधिया ड्रेसां, इक सस्ता आ, इक थोड़ा इहनां दा सस्ता आ, ते इक इहनां दा ड्रेसां वधिया, जो भी कपड़ा इहनां दा, कंप्लेंट नहीं हैगी कोई भी, इन्नी देर तों असीं इहनां कोल जुड़े होए इहनां दे नाल। तो घट 2500 ਦਾ ਹੋਣਾ ਚਾਹੀਦਾ। ਮੈਂ ਬਾਹਰ ਮੰਗਦੇ ਆ 2500 ਮੰਗਦੇ ਆ, ਠੀਕ ਹੈ 2500 ਮੰਗ ਕੇ 2000 ਆਰਾਮ ਨਾਲ ਦੇਂਦੇ, 500 ਕਹਿੰਦਾ ਘੱਟ ਕਰ ਲਿਆ, ਇਹ ਨਹੀਂ ਪਤਾ ਸੀ ਵੀ ਤੁਸੀਂ ਲੁੱਟ ਹੋ ਗਏ ਕੋਲੋਂ ਦੇਖ ਆ ਗਏ, ਪਰ ਸਾਡੇ ਮੈਨੂੰ 1495 ਰੇਂਜ ਮਿਲਣਾ, ਇਹ 1495 ਦੀ ਕਹਿੰਦਾ ਟੈਗ ਲੱਗੇ ਹੋਏ ਉੱਪਰੇ ਦੇ। ਇੰਨੇ ਕੁ ਸਸਤੇ ਕਿਉਂ, ਮਤਲਬ ਕੀ ਕਾਰਨ ਕੀ ਇੰਨੇ ਸਸਤੇ ਜ਼ਿਆਦਾ ਹੋਣ ਦਾ? ਮੈਂ ਸਸਤੇ ਦੇ ਕਾਰਨ ਇਹ ਸਭ ਕੋ ਮਾਲ ਸਿੱਧਾ ਡਾਇਰੈਕਟ ਕੰਪਨੀ ਤੋਂ ਆ ਰਿਹਾ, ਵਿਚੋਲੀਆਂ ਜਿਹੜੇ ਵਿੱਚ ਵਿਚੋਲੇ ਹੁੰਦੇ ਨਾ, ਉਹ ਵਿਚੋਲੇ ਵਿੱਚ ਹੈ ਨਹੀਂ ਗਏ, ਸਿੱਧਾ ਮਾਲ ਡਾਇਰੈਕਟ ਆ ਰਿਹਾ ਆ, 5-5, 10-10 ਰੁਪਏ ਮਾਰਜਨ ਚੀਜ਼ਾਂ ਵੇਚੀ ਜਾਂਦੇ ਆ, ਠੀਕ ਹੈ। ਇਹ ਥੋੜੇ ਕਿ ਆਪਾਂ ਸ਼ਾਮ ਤੱਕ 1-2 ਪੀਸ ਵੇਚਣੇ, 1000 ਪੀਸ ਵੇਚੀ, ਦੇਖੋ ਸਵੇਰੇ ਮੇਲਾ ਲੱਗਣਾ ਸ਼ੁਰੂ ਹੋ ਜਾਂਦਾ, ਲੋਕੀ ਆਪਣੇ ਆਪਣੇ ਮੋਬਾਈਲ ਕੱਢ ਕੇ ਲੱਗੇ ਹੋਏ, ਦੇਖੋ ਆਨਲਾਈਨ ਸ਼ਾਪਿੰਗ ਕਰਾਉਣ ਵਾਸਤੇ, ਦੇਖੋ ਲੱਖ ਦੀ ਵੀ ਹੋ ਜਾਂਦੀ ਹੈ, 3 ਲੱਖ ਦੀ ਵੀ ਸ਼ਾਪਿੰਗ ਹੋ ਜਾਂਦੀ ਹੈ। ਹਾਂਜੀ ਹਾਂਜੀ, ਇੰਨੀ ਹੋ ਜਾਂਦੀ ਹੈ ਸਾਡੀ, ਇਹਨਾਂ ਨੂੰ ਪਤਾ ਹੀ ਹੈ ਇੰਨੀ ਹੋ ਜਾਂਦੀ ਸਾਡੀ ਸ਼ਾਪ। ਹੁਣ ਤੁਸੀਂ ਬਾਹਰੋਂ ਲੈਣ ਜਾ ਕੇ ਕਿਸੇ ਨੂੰ ਦੱਸਣਾ 5000 ਤੇ ਕਿਸੇ ਨੂੰ ਮੰਗਣਾ 6000 ਰੁਪਈਆ, ਆਪਾਂ ਤੁਹਾਨੂੰ ਦੇਣਾ ਸਿਰਫ 3000 ਦੀ ਰੇਂਜ ਜੀ, 3000 ਦੀ ਰੇਂਜ। ਫਰੋਕ ਵਾਲੇ ਜਿੱਦਾਂ ਹੋ ਗਏ, ਹਾਂਜੀ ਸਾਰੇ ਲਹਿੰਗੇ ਹੋ ਗਏ, ਸੂਟ ਹੋ ਗਏ, ਸਾੜੀਆਂ ਜੋ ਵੀ ਹੈਗਾ, ਚਾਦਰਾਂ, ਸਰਾਣੇ ਜੋ ਵੀ, ਉੱਪਰੋਂ ਜੂਲਰੀ ਤੇ ਰੈਡੀਮੈਂਟ ਸਾਰਾ ਇੱਥੋਂ ਚੱਕਦੇ। 10 ਸਾਲ ਹੋ ਗਏ ਸਾਨੂੰ ਸ਼ੋਪਿੰਗ ਕਰਦੇ ਨੇ ਇੱਥੋਂ। 10 ਸਾਲ ਹੋ ਗਏ, ਤੇ ਮਤਲਬ ਤੁਸੀਂ ਅਜੇ ਫੋਟੋਜ਼ ਵਗੈਰਾ ਵੀ ਕਲਿੱਕ ਕਰਦੇ ਸੀ, ਤੁਸੀਂ ਕਿਸੇ ਹੋਰ ਲਈ ਸ਼ੋਪਿੰਗ ਕਰਦੇ ਹੋ ਜਾਂ ਆਪਣੇ ਲਈ? ਨਹੀਂ, ਇਹ ਵੀਡੀਓ ਕਾਲ ਰਾਹੀਂ ਕਿ ਆਨਲਾਈਨ ਸ਼ੋਪਿੰਗ ਹੋ ਸਕਦੀ ਹੈ, ਇਹ ਵੀ ਦੱਸ ਦਿਓ ਇੱਕ ਵਾਰੀ ਹਜੀ। ਹਾਂਜੀ ਮੈਡਮ ਜੀ, ਤੁਹਾਨੂੰ ਦੱਸਿਆ ਹੀ ਹੈ ਨੰਬਰਾਂ 'ਤੇ ਵੀਡੀਓ ਕਾਲ ਕਰਕੇ ਜਿਹੜੀ ਚੀਜ਼ ਤੁਸੀਂ ਮੰਗਵਾਉਣੀ ਮੰਗਵਾ ਸਕਦੇ ਹੈਗੇ ਆ, ਤੁਹਾਡੇ ਆਊਟ ਆਫ ਕੰਟਰੀ, ਆਊਟ ਆਫ ਸਟੇਟ ਸਾਡੇ ਪਾਰਸਲ ਜਾਂਦੇ ਹੈਗੇ ਆ, ਠੀਕ ਆ, ਤੇ ਤੁਹਾਨੂੰ ਕੋਈ ਟੈਨਸ਼ਨ ਨਹੀਂ ਲਾਉਣੀ, ਇੱਕ ਹਫ਼ਤੇ ਵਿੱਚ ਡਿਲੀਵਰ ਹੋ ਜਾਂਦਾ। ਬਾਜ਼ਾਰ ਸਾਰਾ ਮੇਲਾ ਤੇ ਵੱਡੇ ਡੀਪੂ ਦੇ ਵਿੱਚ ਮੇਲਾ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਮੈਂ ਹਾਂ ਨੰਦਨੀ ਅਰੋੜਾ, ਤੇ ਅਸੀਂ ਆ ਚੁੱਕੇ ਹਾਂ ਇੱਕ ਵਾਰੀ ਫਿਰ ਤੁਹਾਡੇ ਫਾਇਦੇ ਦੇ ਡਿਪੂ, ਵੱਡੇ ਡਿਪੂ ਦੇ ਅੰਦਰ, ਜਿੱਥੇ ਹਰ ਤਰ੍ਹਾਂ ਦੀ ਵਰਾਇਟੀ ਅਵੇਲੇਬਲ ਹੈ, ਭਾਵੇਂ ਕਾਸਮੈਟਿਕਸ ਹੋਵੇ, ਭਾਵੇਂ ਜੁੱਤੀਆਂ ਹੋਣ, ਭਾਵੇਂ ਸੂਟ ਹੋਣ, ਭਾਵੇਂ ਮੁੰਡਿਆਂ ਦੀ ਵਰਾਇਟੀ ਹੋਣ, ਸ਼ਰਟਸ, ਟਰਾਊਜ਼ਰ, ਸੂਟਸ, ਕੈਜੂਅਲ ਵੇਅਰ, ਹਰ ਤਰ੍ਹਾਂ ਦੀ ਵਰਾਇਟੀ ਤੁਹਾਨੂੰ ਵੱਡੇ ਡਿਪੂ ਬੰਗਾ ਆਜ਼ਾਦ ਚੌਂਕ 'ਤੇ ਮਿਲ ਜਾਣੀ ਹੈ। ਅਤੇ ਜਿਹੜੇ ਲੋਕ ਸਾਨੂੰ ਫੋਨ ਵੀ ਕਰਦੇ ਨੇ, ਉਹ ਸਕਰੀਨ 'ਤੇ ਦਿੱਤੇ ਹੋਏ ਨੰਬਰਾਂ 'ਤੇ ਫੋਨ ਕਰ ਸਕਦੇ ਨੇ। ਹਕੀਕਤ ਟੀਵੀ ਪੰਜਾਬੀ 'ਤੇ ਕਾਲ ਨਹੀਂ ਕਰਨਾ, ਜਿਹੜੇ ਸਕਰੀਨ ਦੇ ਉੱਤੇ ਨੰਬਰ ਦਿੱਤੇ ਗਏ ਨੇ ਤੁਸੀਂ ਉਹਨਾਂ ਨੰਬਰਾਂ 'ਤੇ ਕਾਲ ਕਰ ਸਕਦੇ ਹੋ, ਅਤੇ ਆਪਣੀ ਆਨਲਾਈਨ ਸ਼ੋਪਿੰਗ ਕਰ ਸਕਦੇ ਹੋ, ਵਰਾਇਟੀ ਦੇਖ ਸਕਦੇ ਹੋ, ਅਤੇ ਹੋਰ ਵੀ ਬਹੁਤ ਵਰਾਇਟੀ ਵੀ ਤੁਸੀਂ ਦੇਖ ਸਕਦੇ ਹੋ, ਅਤੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਕਿ ਤੁਹਾਨੂੰ ਕਿੱਦਾਂ ਦੀ ਵਰਾਇਟੀ ਚਾਹੀਦੀ ਹੈ, ਕੈਜੂਅਲ ਵੇਅਰ ਚਾਹੀਦਾ ਹੈ, ਵੈਸਟਰਨ ਵੇਅਰ ਚਾਹੀਦਾ ਹੈ, ਜਾਂ ਤੁਹਾਨੂੰ ਸੂਟਸ ਚਾਹੀਦੇ ਨੇ, ਜਾਂ ਲਹਿੰਗਾ ਚਾਹੀਦੇ ਨੇ। ਤੁਸੀਂ ਇੱਥੇ ਵੀਡੀਓ ਕਾਲ ਰਾਹੀਂ ਅਤੇ ਇਹਨਾਂ ਦੇ ਨੰਬਰ 'ਤੇ ਫੋਨ ਕਰਕੇ ਵੀ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ, ਜਿਹੜੇ ਨੰਬਰ ਸਕਰੀਨ 'ਤੇ ਦਿੱਤੇ ਗਏ ਨੇ। ਅਤੇ ਆਪਾਂ ਕਿੱਥੇ ਸੀਗਾ ਕਿ ਆਪਾਂ ਵੱਡੇ ਡਿਪੂ ਆ ਚੁੱਕੇ ਹਾਂ, ਅਤੇ ਵੱਡੇ ਡਿਪੂ ਐਂਟਰ ਹੁੰਦੇ ਨਾਲ ਮੈਨੂੰ ਕੌਣ ਨਜ਼ਰ ਆਇਆ? ਸੋਚੋ ਤੁਸੀਂ, ਗੈਸ ਕਰੋ ਕੌਣ ਦਿਸ ਸਕਦਾ ਮੈਨੂੰ। ਮੈਨੂੰ ਨਜ਼ਰ ਆਈਆਂ ਇਹ 3 ਸੋਹਣੀਆਂ ਸੋਹਣੀਆਂ ਮੁਟਿਆਰਾਂ। ਤੁਸੀਂ ਦੇਖ ਸਕਦੇ ਹੋ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ, ਇੰਨੇ ਸੋਹਣੇ ਫੱਬਦੇ ਹੋਏ ਸੂਟ ਪਾਏ ਹੋਏ ਨੇ, ਇੱਕ ਨੇ ਯੈਲੋ ਕਲਰ ਦਾ ਸੂਟ ਪਾਇਆ ਹੋਇਆ, ਇੱਕ ਨੇ ਮਿੰਟ ਕਲਰ ਦਾ ਸੂਟ ਪਾਇਆ ਹੋਇਆ, ਅਤੇ ਇੱਕ ਨੇ ਤਾਂ ਜਾਨ ਹੀ ਗੱਡੀ ਪਈ ਹੈ, ਮੈਂ ਕਹਿੰਦੀ ਹਾਂ ਬਲੈਕ ਕਲਰ ਦਾ ਸੂਟ ਪਾਇਆ ਹੋਇਆ, ਅਤੇ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ। ਮਤਲਬ ਮੈਂ ਤਾਂ ਕਹਿੰਦੀ ਹਾਂ ਮੇਰੀ ਤਾਂ ਨਿਗਾਹ ਹੀ ਨਹੀਂ ਹਟ ਰਹੀ, ਮੈਂ ਨਾ ਇਹਨਾਂ ਨੂੰ ਦਿਲ ਦੇ ਦੇਵਾਂ, ਦੇਖੋ ਤੁਹਾਨੂੰ ਤਾਂ ਨਹੀਂ ਸੋਹਣੀਆਂ ਲੱਗ ਰਹੀਆਂ? ਅਤੇ ਆਪਾਂ ਹੁਣ ਗੱਲ ਕਰਦੇ ਹਾਂ ਹਰਜੀਤ ਜੀ ਨਾਲ, ਅਤੇ ਪੁੱਛੀ ਤਾਂ ਸਹੀ ਕਿ ਇਹ ਇੰਨੀਆਂ ਸੋਹਣੀਆਂ ਮੁਟਿਆਰਾਂ ਤਿਆਰ ਕਰਕੇ ਕਿਉਂ ਖੜਾਈਆਂ ਹੋਈਆਂ ਨੇ? ਮੈਂ ਕਹਿੰਦੀ ਹਾਂ ਮੂੰਹ ਤਾਂ ਹੈ ਨਹੀਂ ਮੈਨੀ ਕੁਇਨਸ ਦੇ, ਬਟ ਇਹ ਕੱਪੜਿਆਂ ਨਾਲ ਹੀ ਇੰਨੀਆਂ ਫੱਬਦੀਆਂ ਪਈਆਂ ਨੇ, ਅਤੇ ਉਹ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ? ਵਧੀਆ, ਤੁਸੀਂ ਦੱਸੋ ਹਜੀਤ ਜੀ, ਟੌ ਠੱਪਾ ਬਣਿਆ ਪਿਆ ਪੂਰਾ? ਪੂਰਾ ਟੌ ਠੱਪਾ ਜੀ, ਮਾਲਕ ਦੀ ਕਿਰਪਾ ਹੋਈ ਪੂਰੀ। ਤੁਸੀਂ ਆਪਣੇ ਟੌ ਠੱਪੇ ਦੀ ਗੱਲ ਨਾ ਕਰੋ, ਆਹ ਤੁਸੀਂ ਮੈਨੇ ਕੁਇਨਸ ਦਾ ਟੌ ਠੱਪਾ ਬਣਾਇਆ ਹੋਇਆ, ਗੱਲ ਕੀ ਹੈ? ਪੂਰਾ ਟੌ ਠੱਪਾ ਨੇ ਰਾਤ ਦੀ ਮਹਾਰਾਜ, ਦੇਖੋ ਨੀਂਦ ਨੇ ਇੱਦਾਂ ਤਿਆਰ ਹੋ ਗਈ, ਰਾਤ ਦੀਆਂ ਖੜੀਆਂ ਚਾਹ ਪਾਣੀ ਵੀ ਪੀਤਾ ਸਵੇਰ ਦੀਆਂ, ਇੰਨਾ ਚਾਹ ਜਿਹੜਾ ਤੁਹਾਡਾ ਆਉਣ ਦਾ ਇਹਨਾਂ ਨੂੰ ਦੇਖੋ। ਅੱਛਾ, ਮੇਰੇ ਆਉਣ ਦਾ ਚਾਹ ਸੀਗਾ, ਤਾਂ ਹੀ ਤਾਂ ਦੇਖੋ ਕਿੰਨੀਆਂ ਸੋਹਣੀਆਂ ਤਿਆਰ ਹੋ ਕੇ ਖੜੀਆਂ ਹੋਈਆਂ ਨੇ ਮੈਨੀ ਕੁਇਨਸ, ਤੇ ਨਾਮ ਕੀ ਹੈ ਇਹਨਾਂ ਦਾ? ਆ ਦੇਖੋ ਅਲੱਗ ਅਲੱਗ ਨਾਮ ਹੈਗਾ ਆ, ਆਹ ਸ਼ਿੰਦੋ ਹੈਗੀ ਆ, ਆਹ ਮਿੰਦੋ ਆ, ਤੇ ਆਹ ਪ੍ਰੀਤੋ ਆ, ਤਿੰਨਾਂ ਅਲੱਗ ਅਲੱਗ ਨਾਮ ਇਹਨਾਂ ਦੇ। ਅੱਛਾ, ਯੈਲੋ ਵਾਲੀ ਹੈਗੀ ਹੈ ਸ਼ਿੰਦੋ, ਆਹ ਮਿੰਟ ਸੂਟ ਵਾਲੀ ਹੈਗੀ ਮਿੰਦੋ, ਤੇ ਇਹ ਕਾਲੀ ਵਾਲੀ ਜਿਹਦੀ ਮੈਂ ਸਭ ਤੋਂ ਜ਼ਿਆਦਾ ਤਾਰੀਫ ਕਰਦੀ ਪਈ ਹਾਂ, ਇਹ ਹੈਗੀ ਹੈ ਪ੍ਰੀਤੋ। ਹੁਣ ਤੁਸੀਂ ਵੀ ਨਾਮ ਯਾਦ ਰੱਖ ਲਓ ਕਿ ਤੁਹਾਨੂੰ ਕਿੱਦਾਂ ਦੇ ਸੂਟ ਚਾਹੀਦੇ, ਸ਼ਿੰਦੋ ਵਰਗੇ, ਮਿੰਦੋ ਵਰਗੇ, ਜਾਂ ਪ੍ਰੀਤੋ ਵਰਗੇ, ਕਿਉਂ ਜੀ? ਜਿੱਦਾਂ ਤੁਸੀਂ ਮੇਰੇ ਡਿਮਾਂਡ ਕਰੋ ਉਦੋਂ ਆਪਾਂ ਤੁਹਾਨੂੰ ਦਿਖਾ ਦਾਂਗੇ ਜੀ। ਚਲੋ ਫਿਰ ਦਿਖਾ ਦਿਓ, ਵੇਟ ਕਿਸ ਗੱਲ ਦੀ ਹੈ?
ਲਓ ਜੀ, ਤੁਸੀਂ ਸੂਟਾਂ ਦੀ ਗੱਲ ਕੀਤੀ, ਛਿੰਦੋ ਮਿੰਦੋ ਪ੍ਰੀਤੋ ਵਾਲਿਆਂ ਦੇ ਪਾਇਓ ਪਾਇਓ ਆ, ਠੀਕ ਆ ਜੀ। ਹੁਣ ਜਿਹੜੀ ਬਾਕੀ ਹੈਗੀ ਕੁੜੀਆਂ, ਠੀਕ ਆ, ਉਹਨਾਂ ਨੂੰ ਆਪਾਂ ਵਧੀਆ ਦਿਖਾ ਦਈਏ ਸੂਟ। ਦੇਖੋ ਜੀ ਕਿੰਨੇ ਕਿੰਨੇ ਸੋਹਣੇ ਸੂਟ ਤੁਹਾਨੂੰ ਦਿਖਾਉਣੇ ਆਪਾਂ, ਡੀਸੈਂਟ ਪੀਸ ਹੈਗੇ ਆ। ਦੇਖੋ ਸ਼ਰਟ ਕਿੰਨੀ ਪਿਆਰੀ ਹੈਗੀ ਆ, ਆਹ ਨਾਲ ਦੇਖੀ ਦੀ ਬੋਟਮ ਕਿੰਨੀ ਸੋਹਣੀ ਹੈਗੀ ਆ, ਪ੍ਰਿੰਟ ਬੋਟਮ ਹੈਗੀ ਆ ਜੀ, ਠੀਕ ਹੈ। ਅਤੇ ਨਾਲ ਦੇਖੋ ਦੁਪੱਟੇ ਕਿੰਨੇ ਸੋਹਣੇ ਆ ਜੀ, ਬਹਿਜਾ ਹੋਏ ਨੀ ਮਾਰੇ ਜੀ, ਪਾ ਲੈਣਾ ਸਿਰਫ 350 ਰੁਪਏ ਦਾ ਆਪਾਂ ਦੇਣਾ ਮੈਨੂੰ, 350 ਰੁਪਏ ਦੀ ਰੇਂਜ ਦੇਣਾ ਇਹ ਪੂਰਾ ਸੂਟ। 350 ਦੀ ਰੇਂਜ ਦੇ ਵਿੱਚ ਛਿੰਦੋ ਮਿੰਦੋ ਦੇ ਪ੍ਰੀਤੋ ਤੋਂ ਵੀ ਜ਼ਿਆਦਾ ਟੌਰ ਕੱਢ ਦੇਣੀ ਹੈ ਤੁਹਾਡੀ ਵੱਡੇ ਡੀਪੂ ਨੇ। ਅਤੇ ਟੌਰ ਮੈਂ ਤੁਹਾਨੂੰ ਪਤਾ ਹੀ ਵੱਡੇ ਡੀਪੂ ਟੌਰ ਬਣਾਉਂਦਾ ਆ ਰਿਹਾ। ਦੇਖੋ ਕਿੰਨੇ ਕਿੰਨੇ ਡਿਜ਼ਾਈਨ ਸੋਹਣੇ ਆ ਚੁੱਕੇ, ਸੁਪਰ ਸੁਪਰ ਕਲਰ ਆ ਚੁੱਕੇ ਆ, ਇਹ ਵੀ ਬਹੁਤ ਪਿਆਰਾ ਨਾਲ ਪ੍ਰਿੰਟ ਦੁਪੱਟਾ ਹੈਗਾ ਨਾਲੇ ਦੇ, ਠੀਕ ਆ। ਅਤੇ ਪ੍ਰਿੰਟ ਇਹਦੀ ਬੋਟਮ ਹੈਗੀ ਆ, ਅਤੇ ਸ਼ਰਟ ਵੀ ਬਹੁਤ ਪਿਆਰੀ ਹੈਗੀ ਆ। ਇਹ ਵੀ ਆਪਾਂ 300 ਅਤੇ 50 ਰੁਪਏ ਰੇਂਜ 'ਚ ਦੇਣਾ ਮੈਡਮ, ਇਹ ਨਹੀਂ ਕਿ ਕਲਰ ਚੇਂਜ ਹੋ ਗਿਆ, ਡਿਜ਼ਾਈਨ ਚੇਂਜ ਹੋ ਗਿਆ, ਆਪਾਂ ਰੇਟ ਚੇਂਜ ਕਰ ਦੇਣਾ। ਸਿਰਫ 350 ਦੀ ਰੇਂਜ 'ਚ ਵੀ ਆਪਾਂ ਦੇ ਦੇਣਾ ਜੀ। 350 ਦੇ ਵਿੱਚ ਅਨਸਟੇਚਡ ਤੁਹਾਨੂੰ ਬੋਟਮ ਵੀ ਮਿਲ ਰਿਹਾ, ਤੁਹਾਨੂੰ ਅਪਰ ਵੀ ਮਿਲ ਰਿਹਾ, ਅਤੇ ਉਹਦੇ ਨਾਲ ਪ੍ਰਿੰਟਡ ਚੁੰਨੀ ਵੀ ਮਿਲ ਰਹੀ ਹੈ ਸਿਰਫ 350 ਰੁਪਏ ਦੇ ਵਿੱਚ। ਸਿਲਾਈ ਘੱਟੋ ਘੱਟ 850 ਹੋ ਜਾਂਦੀ ਹੈ, ਅਤੇ ਤੁਹਾਨੂੰ ਇੰਨਾ ਸਸਤਾ ਕੱਪੜਾ ਮਿਲ ਰਿਹਾ। 350 ਕੋਈ ਵੀ ਲੈ ਕੇ ਜਾ ਸਕਦਾ, ਸਗੋਂ ਵਰਾਇਟੀ 250 ਤੋਂ ਸਟਾਰਟ ਹੋ ਜਾਂਦੀ ਹੈਗੀ ਆ, ਡਿਪੈਂਡ ਤੁਹਾਡੇ 'ਤੇ ਕਰਦਾ ਤੁਸੀਂ ਕਿੱਥੋਂ ਸ਼ੋਪਿੰਗ ਕਰਨੀ ਚਾਹੁੰਦੇ ਆ, ਠੀਕ ਹੈ ਜੀ। ਅਤੇ ਆਹ ਤੁਹਾਨੂੰ ਆਪਣੇ ਉੱਪਰ ਹੀ ਦਿਖਾ ਦਈਏ, ਉਹ 350 ਦਿਖਾ ਰਿਹਾ, ਇਹ ਵੀ ਪ੍ਰਿੰਟ ਬਹੁਤ ਸੋਹਣੇ ਸੋਹਣੇ ਆ ਚੁੱਕੇ ਆ। ਦੇਖੋ ਤਾਂ ਇੰਨੇ ਮਾਰੇ ਨਰਸਰੀ ਫੋਲੀ ਹੋਣੇ, ਜਿੰਨੇ ਮਾਰੇ ਆਪਾਂ ਸੂਟਾਂ ਦੇ ਫੋਲੀ ਦੇਖੋ ਛਪਾ ਤੇ, ਦੇਖੋ ਇਹ ਵੀ ਆਪਾਂ ਤੁਹਾਨੂੰ ਦੇਣਾ ਮੈਡਮ ਜੀ ਘੱਟ ਰੇਟ ਦੇ, ਸਿਰਫ ਤੇ ਸਿਰਫ 690 ਦੀ ਰੇਂਜ ਜੀ, 690 ਦੀ ਰੇਂਜ। ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈਗਾ ਆ, ਤੇ ਦੁਪੱਟੇ ਨਾਲ ਦੇਖੋ ਕਾਟਨ ਦੇ ਕਿੰਨੇ ਵਧੀਆ। ਜਿੱਦਾਂ ਜਿੱਦਾਂ ਪ੍ਰਿੰਟ ਹੋਰ ਵੱਧਦੇ ਜਾਣਗੇ, ਹੋਰ ਸੋਹਣੇ ਹੁੰਦੇ ਜਾਣਗੇ, ਉਦਾਂ ਉਦਾਂ ਪ੍ਰਾਈਜ਼ ਵੀ ਵੱਧਦਾ ਜਾਊਗਾ। ਮਤਲਬ ਤੁਸੀਂ ਦੇਖ ਸਕਦੇ 250 ਤੋਂ ਰੇਂਜ ਸਟਾਰਟ ਹੋ ਜਾਂਦੀ ਹੈ, ਤੇ ਤੁਸੀਂ ਆਪਣੇ ਅਕੋਰਡਿੰਗ ਲੈ ਕੇ ਜਾ ਸਕਦੇ ਹੋ। ਜੇ ਤੁਹਾਨੂੰ ਹੋਰ ਸੋਹਣੇ ਪ੍ਰਿੰਟ ਚਾਹੀਦੇ ਤਾਂ ਦੇਖੋ 650 ਦੀ ਰੇਂਜ ਦੇ ਵਿੱਚ, 690 ਰੁਪਏ ਦੀ ਰੇਂਜ ਦੇ ਵਿੱਚ ਤੁਸੀਂ ਆਹ ਸੂਟ ਲੈ ਕੇ ਜਾ ਸਕਦੇ ਹੋ। ਇੱਥੇ ਤੁਸੀਂ ਦੇਖ ਸਕਦੇ ਹੋ ਕਿ ਪ੍ਰਿੰਟ ਹੋਰ ਜ਼ਿਆਦਾ ਸੋਹਣੇ ਹੋ ਗਏ ਹੈ, ਹੋਰ ਵਧੀਆ ਬੋਟਮਸ ਆ ਗਈਆਂ ਨੇ, ਹੋਰ ਸੋਹਣੇ ਕਲਰਸ ਦੇ ਦੁਪੱਟੇ ਆ ਗਏ ਨੇ। ਜਿੱਦਾਂ ਨਾ ਤੂਤ ਦੀ ਛਾਂ ਠੰਡੀ ਹੁੰਦੀ ਹੈ, ਸੰਘਣੀ ਹੁੰਦੀ ਹੈ, ਤੇ ਮਾਰੇ ਬੂਟੀ ਦੇਖੋ ਐਂ ਸੰਘਣੀ ਹੈ, ਤੇ ਐਂ ਪੂਰਾ ਠੰਡਾ ਸੂਟ ਹੈਗਾ ਕਾਟਨ ਦਾ ਇਹ, ਠੀਕ ਹੈ। ਤੁਸੀਂ ਛਾਵੇਂ ਬੈਠਣਾ ਸੀ, ਭੁੱਲ ਜਾਓਗੇ ਸੂਟ ਪਾਲਣੇ ਸੀ ਕੋਟਨੇ, ਠੰਡੇ ਠੰਡੇ ਦੇਖੋ ਤਾਂ ਸਿਰਫ ਤੁਸੀਂ 690 ਰੁਪਏ ਆਪਾਂ ਦੇਣਾ ਜੀ, ਇਹ ਵੀ 690 ਰੇਂਜ ਆ ਜੀ। 690 ਦੀ ਰੇਂਜ ਦੇ ਵਿੱਚ ਕਿੰਨਾ ਸੋਹਣਾ ਸੂਟ ਹੈ। ਅੱਜ ਕੱਲ੍ਹ ਨਾ ਤੁਸੀਂ ਮੂਵੀਜ਼ 'ਚ ਵੀ ਦੇਖੋਗੇ ਤਾਂ ਉਹ 'ਚ ਐਕਟਰ ਸਿਗਰੇ ਨੇ ਇੱਦਾਂ ਦੇ ਸੂਟ ਕਾਫੀ ਪਾਏ ਹੁੰਦੇ ਨੇ, ਅਤੇ ਤੁਸੀਂ ਨਾ ਅੱਜ ਕੱਲ੍ਹ ਚੱਲਦੇ ਫੋਟੋਆਂ ਰਿਵਾਜ ਬਹੁਤ ਚੱਲਦਾ, ਸਾਨੂੰ ਫੋਟੋ ਵਾਲੇ ਸੂਟ ਚਾਹੀਦੇ ਆ ਕੁੜੀਆਂ, ਤੁਹਾਨੂੰ ਪਤਾ ਫੋਟੋਆਂ ਲੈ ਕੇ ਆਏ ਨਹੀਂ ਮੋਬਾਈਲ ਦੇ ਵਿੱਚ, ਕਈ ਤਾਂ ਵਿਚਾਰੇ ਪਾਰਸੀ ਫੋਟੋਆਂ ਪਾ ਕੇ ਲਿਆਉਣੀਆਂ ਆ, ਜਾਂ ਤੁਹਾਨੂੰ ਇਹ ਨਾਲ ਦਾ ਸੂਟ ਚਾਹੀਦਾ ਆ, ਉਹ ਕੋਈ ਮੰਗਦਾ ਮਾਰੇ 1500, ਕੋਈ ਮੰਗਦਾ 1700 ਰੁਪਏ, ਆਪਾਂ ਤੁਹਾਨੂੰ ਮੈਡਮ 695 ਰੁਪਏ ਦੇਣਾ, ਇਹ ਵੀ 695 ਰੁਪਏ 'ਚ। ਦੇਖੋ ਨਾਲ ਦਾ ਪੱਟੇ ਕਿੰਨੇ ਕਿੰਨੇ ਸੋਹਣੇ ਨਾਲ ਇਹਨਾਂ ਦੇ ਕਲਰ। ਹੁਣ ਵੀ ਤੁਸੀਂ ਵੀ ਸਰਗੁਣ ਮਹਿਤਾ ਜਾਂ ਨਿਮਰਤ ਖਹਿਰਾ ਤੋਂ ਘੱਟ ਨਹੀਂ ਲੱਗਣਾ, ਤੁਸੀਂ ਵੀ ਪੂਰੀ ਟੱਕਰ ਦੇਣੀ ਉਹਨਾਂ ਨੂੰ ਇਹ ਸੂਟ ਪਾ ਕੇ। ਪੂਰੀ ਟੱਕਰ ਦਊਂਗੇ ਮਾਰੇ, ਭਲੇਖੇ ਪੈਣੇ ਸ਼ੁਰੂ ਹੋਣੇ, ਤੁਸੀਂ ਪਾਲਣ ਸੂਟ ਦੇਖੋ ਤਾਂ ਇਹ ਨਹੀਂ ਪਤਾ ਲੱਗਣਾ ਮਾਰੇ ਨਿਰਮਾ ਖਹਿਰਾ ਕਿਹੜੀ ਹੈ ਅਤੇ ਮਾਰੇ ਪ੍ਰੀਤੀ ਕਿਹੜੀ ਹੈ ਅਤੇ ਦਰਸ਼ਨ ਕਿਹੜੀ ਹੈ। ਦੇਖੋ ਤਾਂ ਕਿੰਨੇ ਕਿੰਨੇ ਕਲਰ ਸੋਹਣੇ ਆ ਚੁੱਕੇ, ਜਿਹਦਾ ਮਰਜ਼ੀ ਮੈਚਿੰਗ ਕਰਕੇ ਲੈ ਕੇ ਜਾ ਸਕਦੇ ਹੈਗੇ ਜੀ, ਠੀਕ ਹੈ ਜੀ। ਪਸੰਦ ਤਾਂ ਤੁਹਾਡੀ ਹੈਗੀ ਆ, ਅਤੇ ਇਹ ਵੀ ਦੇਖੋ ਕਾਟਨ ਦਾ ਸੂਟ ਹੈਗਾ, ਇਹ ਵੀ 695 ਰੇਂਜ ਆਪ ਦੇਣਾ ਮੈਂ। ਦੇਖੋ ਕਿੰਨੇ ਕਿੰਨੇ ਪਿਆਰੇ ਕਲਰ ਹੈਗੇ, ਕਲਰ ਜੈਂਟਲੀ ਜੈਂਟਲੀ ਮਿਲ ਰਹੇ ਆ, ਪਸੰਦ ਤਾਂ ਤੁਹਾਡੀ ਆ, ਤੁਸੀਂ ਦੇਖਣਾ ਕਿਹੜਾ ਕਲਰ ਲੈਣਾ, ਕਿਹੜਾ ਪ੍ਰਿੰਟ ਲੈਣਾ, ਕਿਹੜਾ ਤੁਸੀਂ ਸਟਾਈਲ ਲੈਣਾ ਹੈਗਾ, ਠੀਕ ਹੈ ਜੀ। ਇਹ ਵੀ ਤੁਹਾਨੂੰ ਆਪਾਂ 695 ਦੇਣਾ, ਬਾਹਰ ਤੁਹਾਨੂੰ ਮਿਲਣਾ 900-1000 ਦੀ ਰੇਂਜ, ਆਪਾਂ ਤੁਹਾਨੂੰ 695 ਰੇਂਜ ਦੇਣਾ। ਦੇਖੋ ਕਲਰ ਦੀ ਕੋਈ ਘਾਟ ਨਹੀਂ ਹੈਗੀ, ਹਰ ਤਰ੍ਹਾਂ ਦੇ ਕਲਰ ਅਵੇਲੇਬਲ ਨੇ, ਤੁਸੀਂ ਮਰੂਨ ਲੈਣਾ, ਤੁਸੀਂ ਬਲੈਕ ਲੈਣਾ, ਤੁਸੀਂ ਵਾਈਟ ਲੈਣਾ, ਕ੍ਰੀਮ ਲੈਣਾ, ਜਿਹੜਾ ਮਰਜ਼ੀ ਕਲਰ ਇੱਥੇ ਆ ਕੇ ਬਸ ਮੂੰਹੋਂ ਕੱਢਣਾ ਤੁਸੀਂ, ਤੁਹਾਨੂੰ ਉਹ ਕਲਰ ਮਿਲ ਜੂਗਾ ਅਤੇ ਤੁਹਾਡੇ ਮਨ ਚਾਹੇ ਪ੍ਰਾਈਜ਼ ਦੇ ਵਿੱਚ। ਬਿਲਕੁਲ ਬਿਲਕੁਲ, ਕਲਰ ਪ੍ਰੋਵਾਈਡ ਤੁਹਾਨੂੰ ਕਰਕੇ ਦੇਵਾਂਗੇ, ਰੇਂਜ ਤੁਹਾਨੂੰ ਹਰ ਤਰ੍ਹਾਂ ਦੇਵਾਂਗੇ। ਦੇਖੋ ਚਿੱਟਾ ਸੂਟ ਬਹੁਤ ਪੈਣਾ ਚੱਲਦਾ ਅੱਜ ਕੱਲ੍ਹ, ਵਾਈਟ ਸੂਟ 750 ਦੀ ਰੇਂਜ 'ਚ, ਕੋਈ 1000 ਨਹੀਂ, ਕੋਈ 1500 ਨਹੀਂ, ਸਿਰਫ ਅਤੇ ਸਿਰਫ 750 ਦੀ ਰੇਂਜ। ਦੇਖੋ ਕਿੰਨਾ ਪਿਆਰਾ ਸਟੱਫ ਹੈਗਾ, ਸਟੱਫ ਨੂੰ ਹੱਥ ਲਾਏ ਦੇਖੋ ਮੈਡਮ, ਕਿੰਨਾ ਪਿਆਰਾ ਹੈਗਾ। ਬਹੁਤ ਵਧੀਆ ਸਟੱਫ ਹੈ, ਮੇਰੀ ਗੱਲ ਨੂੰ ਨਾ ਭੁਲੇਖੇ 'ਚ ਨਾ ਰੱਖਿਓ, ਮੇਰੀ ਗੱਲ ਨੂੰ ਝੂਠ ਨਾ ਮੰਨਿਓ, ਇਹ ਗੱਲ ਸੱਚ ਹੈ ਕਿ ਸਟੱਫ ਬਹੁਤ ਵਧੀਆ, ਕੁਆਲਿਟੀ ਬਹੁਤ ਵਧੀਆ। ਅਤੇ ਕਿੰਨੀ ਰੇਂਜ ਦੇ ਵਿੱਚ? ਸਿਰਫ ਅਤੇ ਸਿਰਫ 750 ਰੁਪਏ ਮੈਡਮ ਜੀ, 750 ਦੇ ਵਿੱਚ ਇੱਦਾਂ ਦੀ ਕੁਆਲਿਟੀ ਤੁਹਾਨੂੰ ਕਿਤੇ ਨਹੀਂ ਮਿਲਣ ਲੱਗੀ। ਦੇਖੋ ਦੁਪੱਟਾ ਵੀ ਦੇਖੋ ਨਾਲ, ਕਿੰਨਾ ਪਿਆਰਾ ਕਢਾਈ ਨਾਲ ਦੁਪੱਟਾ ਬਲੈਕ ਦੇ ਵਿੱਚ, ਸਿਰਫ ਅਤੇ ਸਿਰਫ 750 ਦੀ ਰੇਂਜ 'ਚ। ਲੈ ਲਓ ਸਕਰੀਨਸ਼ਾਟ, ਮੈਂ ਤਾਂ ਕਹਿੰਦਾ ਹੁਣੇ ਜਾ ਕੇ ਪਤਾ ਕਰ ਲਓ ਜਿੱਥੇ ਤੁਸੀਂ ਸ਼ੋਪਿੰਗ ਕਰਦੇ, ਇਹ ਚੀਜ਼ਾਂ ਤੁਹਾਨੂੰ ਨਹੀਂ ਮਿਲਣੀਆਂ ਨੇ ਘੱਟ ਰੇਟ 'ਚ ਜੋ ਆਪਾਂ ਤੁਹਾਨੂੰ ਦਿਖਾ ਰਹੇ ਹਾਂ। ਇਹ ਵੀ 750 ਦੀ ਰੇਂਜ ਆਪਾਂ ਦੇਣਾ। ਦੇਖੋ ਜੀ ਕਿੰਨੇ ਕਿੰਨੇ ਜੈਂਟਲੀ ਜੈਂਟਲੀ ਕਲਰ ਆ ਚੁੱਕੇ ਆ, ਜੈਂਟਲੀ ਜੈਂਟਲੀ ਸ਼ੇਡਸ ਆ ਗਿਆ। ਦੇਖੋ ਬੋਟਮ ਆ ਗਏ ਨਾਲ, ਇਹਦੇ ਦੁਪੱਟੇ ਨਾਲ ਦੇਖੋ ਖੁੱਲੇ ਡੁੱਲੇ ਦੁਪੱਟੇ ਹੈਗੇ ਆ, ਇਹ ਵੀ ਤੁਹਾਨੂੰ 750 ਦੀ ਰੇਂਜ ਆਪਾਂ ਦੇਣਾ ਹੈਗਾ ਜੀ। ਸਮਰਸ ਦੇ ਸੀਜ਼ਨ ਦੇ ਹਿਸਾਬ ਨਾਲ ਦੇ ਤੁਸੀਂ ਕਲਰਸ ਵੀ ਚੂਜ਼ ਕਰ ਸਕਦੇ ਹੋ, ਜਿਵੇਂ ਸਮਰਸ ਦੇ ਵਿੱਚ ਲੋਕੀ ਜ਼ਿਆਦਾ ਪ੍ਰੈਫਰ ਕਰਦੇ ਆ ਲਾਈਟ ਕਲਰਸ ਪਾਉਣਾ, ਅਤੇ ਤੁਸੀਂ ਦੇਖ ਸਕਦੇ ਹੋ ਲਾਈਟ ਕਲਰਸ, ਇੰਗਲਿਸ਼ ਕਲਰਸ, ਹਰ ਤਰ੍ਹਾਂ ਦੇ ਕਲਰਸ ਇੱਥੇ ਅਵੇਲੇਬਲ ਨੇ। ਆਹ ਦੇਖੋ ਮੈਡਮ ਜੀ, ਕਾਟਨ ਸੂਟ ਕਿੰਨੇ ਕਿੰਨੇ ਵਧੀਆ ਆ ਗਿਆ, 1250 ਦੀ ਰੇਂਜ 'ਚ ਵੀ, ਕੋਈ 1500 ਦੀ, ਕੋਈ 1800 ਦੀ, ਸਿਰਫ ਅਤੇ ਸਿਰਫ 1250 ਦੀ ਰੇਂਜ 'ਚ ਆ। ਆਹ ਨਾਲ ਦੇਖੋ ਬੋਟਮ ਆ ਗਈ ਇਹਦੀ, ਨਾਲ ਦੁਪੱਟਾ ਦੇਖੋ ਮਾਰਾ, ਪੂਰਾ
ਇਹ ਵੀ ਦੇਖੋ ਅੱਜ ਕੱਲ੍ਹ ਕੁੜੀਆਂ ਮੰਗਦੀਆਂ ਸਾਨੂੰ ਸੋਲੋ ਪੀਸ ਚਾਹੀਦੇ ਨਾ ਅਤੇ ਇਕੱਲਾ ਘੇਰੇ ਵਰਕ ਚਾਹੀਦਾ ਪੂਰਾ ਸਿੰਪਲ ਸੂਟ ਚਾਹੀਦਾ ਅਤੇ ਨਾਲ ਚੁੰਨੀ ਕੰਟਰਾਸਟ ਚਾਹੀਦੀ ਆ ਉਹਦੇ ਅਕੋਰਡਿੰਗ ਦੇਖੋ ਆ ਗਈ ਇਹ ਵੀ ਮੈਡਮ 1250 ਦੀ ਰੇਂਜ ਆਪਾਂ ਦੇ ਦੇਣਾ ਸੂਟ ਦੇਖੋ ਦੁਪੱਟਾ ਕਿੰਨਾ ਸੋਹਣਾ ਨਾਲ ਮੈਂ ਦੇਖੋ ਪੂਰਾ ਕਟਵਰਕ ਦਾ ਦੁਪੱਟਾ ਹੈ ਬਲੈਕ ਦੇ ਨਾਲ ਕੋਂਬੀਨੇਸ਼ਨ ਕਿੰਨਾ ਪਿਆਰਾ ਸਿਰਫ ਅਤੇ ਸਿਰਫ 1250 ਦੀ ਰੇਂਜ ਕੋਈ ਮੰਗਦਾ ਕੋਈ 1700 ਕੋਈ ਮੰਗਦਾ 1600 ਵੀ ਹੈ 100-200 ਘਟਾ ਲਉਂਗੇ ਤੁਸੀਂ ਕਹਿਣਾ ਭਾਈ ਨੂੰ ਲੁੱਟ ਲੈਣੀ ਪਰ ਤੁਸੀਂ ਆਪੇ ਲੁੱਟ ਹੋ ਗਿਆ ਹੈ ਸਾਡੇ ਫਿਕਸ ਪ੍ਰਾਈਜ਼ ਹੈਗੇ 1000 ਰੁਪਈਏ ਘੱਟ ਲੱਗਣਾ ਨਾ ਵੱਧ ਲੱਗਣਾ ਠੀਕ ਹੈ ਜੀ ਚਾਹੇ ਕੋਈ ਬੱਚਾ ਚਾਹੇ ਕੋਈ ਸਿਆਣਾ ਇਹੀ ਫਾਇਦਾ ਵੱਡੀ ਡਿਪੂ ਦਾ ਜੀ ਪੂਰਾ ਕੰਟਰਾਸਟ ਕਰਕੇ ਦੁਪੱਟਾ ਨਾਲ ਦਿੱਤਾ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਤੇ ਬਲੈਕ ਕਲਰ ਕਿਨੂੰ ਨਹੀਂ ਪਸੰਦ ਹੁੰਦਾ ਅੱਜਕੱਲ੍ਹ ਤਾਂ ਸਾਰੇ ਪ੍ਰੈਫਰ ਹੀ ਬਲੈਕ ਕਲਰ ਪਾਉਣਾ ਬਹੁਤ ਜ਼ਿਆਦਾ ਕਰਦੇ ਨੇ ਆ ਦੇਖੋ ਜੀ ਇੱਕ ਆਹ ਸੂਟ ਆਉਂਦਾ ਸਿਲਕ ਦਾ ਨਾ ਅਤੇ ਫੰਕਸ਼ਨ ਤੁਹਾਨੂੰ ਪਤਾ ਸੀਗਾ ਸੂਟ ਤੁਹਾਨੂੰ ਪਤਾ ਗੱਲਬਾਤ ਬਣਦੀ ਵਧੀਆ ਦੇਖੋ ਪੂਰਾ ਹੈਵੀ ਹੈਗਾ ਆ ਅਤੇ ਦੱਸੋ ਇਹਦਾ ਕੀ ਮੈਡਮ ਹੋਊਗਾ ਪ੍ਰਾਈਜ਼ ਦਾ ਪੂਰਾ ਹੈਵੀ ਹੈ ਦੇਖੋ ਹਾਂਜੀ ਜੀ ਮਤਲਬ ਮੈਂ ਜਿੱਦਾਂ ਦੀ ਕੁਆਲਿਟੀ ਇੱਥੇ ਮੈਂ ਤੁਹਾਡੇ ਕੋਲ ਬੈਠੀ ਹਾਂ ਅਤੇ ਮੈਂ ਇਹਨਾਂ ਨੂੰ ਹੱਥ ਲਾ ਕੇ ਦੇਖ ਰਹੀ ਹਾਂ ਕਿ ਕੁਆਲਿਟੀ ਬਹੁਤ ਵਧੀਆ ਅਤੇ ਉਸ ਹਿਸਾਬ ਨਾਲ ਮੈਂ ਹਮੇਸ਼ਾ ਪ੍ਰਾਈਜ਼ ਦੱਸਦੀ ਹਾਂ ਕਿ ਮੈਨੂੰ ਤਾਂ ਲੱਗਦਾ ਘੱਟੋ ਘੱਟ 2500 ਦਾ ਹੋਣਾ ਚਾਹੀਦਾ ਮੈਂ ਬਾਹਰ ਮੰਗਦੇ ਆ 2500 ਮੰਗਦੇ ਆ ਠੀਕ ਹੈ 2500 ਮੰਗ ਕੇ 2000 ਆਰਾਮ ਨਾਲ ਦੇ ਦੇ 500 ਕਹਿਣਾ ਘੱਟ ਕਰ ਲਿਆ ਨਹੀਂ ਪਤਾ ਫਿਰ ਵੀ ਤੁਸੀਂ ਲੁੱਟ ਹੋ ਗਿਆ ਕੋਲੋਂ ਦੇ ਕੇ ਆ ਗਏ ਪਰ ਸਾਡੇ ਮੈਡਮ 1495 ਰੇਂਜ ਮੈਂ ਇਹ 1495 ਰੇਂਜ ਕਹਿੰਦਾ ਟੈਗ ਲੱਗੇ ਹੋਏ ਉੱਪਰ ਇਹਦੇ ਇਹ ਨਹੀਂ ਕਿ ਮੱਥਾ ਦੇਖ ਕੇ ਬਿੰਦੀ ਲਾਉਣੀ ਕੰਮ ਹੈ ਨਹੀਂ ਗਾਹਕ ਦੇਖ ਰੇਟ ਲਾਉਣਾ ਸਾਡੇ ਹਰ ਇੱਕ ਦੇ ਉੱਪਰ ਲੱਗੇ ਹੋਏ ਨਾਲ ਚੁੰਨੀ ਵੀ ਦੇਖੋ ਨਾਲ ਹੈਵੀ ਫੋਰਸ ਨਾਲ ਬਾਰਡਰ ਬਕਾਇਦਾ ਕਢਾਈ ਕੱਢੀ ਹੋਈ ਆ ਠੀਕ ਹੈ 1495 ਦੀ ਰੇਂਜ ਦੇ ਵੀ ਤੁਸੀਂ ਦੇਖ ਸਕਦੇ ਹੋ ਇੰਨਾ ਸੋਹਣਾ ਸੂਟ ਮੈਂ ਹਰ ਵਾਰੀ ਕੋਸ਼ਿਸ਼ ਕਰਦੀ ਕਿ ਘੱਟੋ ਘੱਟ ਰੇਟ ਬੋਲਾਂ ਕਿ ਕਦੇ ਤਾਂ ਮੇਰੀ ਗੱਲ ਸੱਚ ਹੋ ਜਾਵੇ ਪਰ ਇਹ ਵੱਡਾ ਡਿਪੂ ਮੇਰੀ ਗੱਲ ਨਹੀਂ ਸੱਚ ਹੋਣ ਦਿੰਦਾ ਕਦੇ ਆਹ ਦੇਖੋ ਘੇਰਾ ਗਲਾ ਬਣਿਆ ਹੋਇਆ ਪੂਰਾ ਫਰੰਟ ਹੈਵੀ ਆ ਆਹ ਦੇਖੋ ਮੈਡਮ ਜੀ ਆਹ ਵਿੱਚ ਬਣਿਆ ਇਹ ਘੇਰੇ ਵਿੱਚ ਆ ਗਿਆ ਕੱਲਾ ਘੇਰਾ ਬਣਿਆ ਹੋਇਆ ਫਰੰਟ ਪੂਰਾ ਹੈਵੀ ਆ ਤੇ ਬਾਜੂ ਵਰਕ ਨਾਲ ਆ ਗਿਆ ਹੁਣ ਇਹਦਾ ਦੱਸੋ ਅੰਦਾਜ਼ਾ ਕੀ ਹੋਊਗਾ 1495 ਦਾ ਹੱਲਿਆ ਕਿਉਂਕਿ ਇਹ ਡਿਫਰੈਂਟ ਸਟਾਈਲ ਹੈਗਾ ਇਹ ਦੱਸੋ ਕੀ ਰੇਟ ਹੋਊਗਾ ਇਹਦਾ ਘੱਟੋ ਘੱਟ 4000 ਮੈਡਮ ਕਿੱਥੇ ਭੁੱਲੇ ਫਿਰਦੇ ਆ ਲੁਧਿਆਣਾ ਨਹੀਂ ਬੰਗਾ ਹੈ ਬੰਗਾ ਸਿਰਫ 1495 ਦੇਣਾ ਜੀ ਇਹ ਵੀ ਆਪਾਂ ਸੂਟ ਇਹ 1495 ਰੇਂਜ 'ਚ ਇਹ ਵੀ ਪੂਰਾ ਡੀਸੈਂਟ ਪੀਸ ਹੈਗਾ ਆ ਅਤੇ ਲੈ ਲਓ ਫਾਇਦਾ ਲੈ ਸਕਦੇ ਤੁਸੀਂ ਮੈਂ ਤੁਹਾਨੂੰ ਇੱਕ ਖੁੱਲ੍ਹਾ ਚੈਲੇਂਜ ਕਰ ਦੇਣਾ ਜਿਹੜਾ ਸਾਡੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੂੰਗਾ ਲਾਈਕ ਕਰੂੰ ਵਧੀਆ ਵਧੀਆ ਕਮੈਂਟ ਕਰੂੰਗਾ ਮੈਂ ਨਾ ਸਟਾਰਟਿੰਗ 'ਚ ਆਪਾਂ ਤੁਹਾਨੂੰ ਗਿਫਟ ਕਰ ਦੇਣਾ ਇਹ ਵਾਲਾ ਲੈ ਲਓ ਤੁਸੀਂ ਫਾਇਦਾ ਲੈ ਸਕਦੇ ਤਾਂ ਪਿਛਲੀ ਵਾਰ ਵੀ ਪਿਛਲੀ ਵੀਡੀਓ 'ਚ ਵੀ ਇਹੀ ਗੱਲ ਹੋਈ ਸੀਗੀ ਕਿ ਉਹ ਵੱਧ ਤੋਂ ਵੱਧ ਸ਼ੇਅਰ ਕਰਨ ਵਾਲਿਆਂ ਨੂੰ ਸੂਟ ਮਿਲੂਗਾ ਅਤੇ ਦੇਖ ਲਓ ਇਸ ਵਾਰੀ ਮੈਂ ਸੂਟ ਪਾ ਕੇ ਨਹੀਂ ਆਈ ਕਿਉਂਕਿ ਪਿਛਲੀ ਵਾਰੀ ਤੁਸੀਂ ਮੇਰੇ ਨਾਲ ਮੁਕਾਬਲਾ ਕੀਤਾ ਅਤੇ ਕੋਈ ਹੋਰ ਸੂਟ ਜਿੱਤ ਕੇ ਲੈ ਗਿਆ ਅਤੇ ਦੇਖਦੇ ਇਸ ਵਾਰੀ ਕੌਣ ਜਿੱਤਾ ਕੋਈ ਨਹੀਂ ਅਗਲੀ ਵਾਰ ਇਹ ਸੂਟ ਮੈਂ ਪਾ ਕੇ ਆਵਾਂਗੀ ਫਿਰ ਨਹੀਂ ਤਾਂ ਦੇਖਦੇ ਕਿ ਤੁਸੀਂ ਜਿੱਤਦੇ ਹੋ ਜਾਂ ਮੈਂ ਜਿੱਤਾਂਗੀ ਉਹ ਤਾਂ ਮੈਡਮ ਜਿਹੜਾ ਜਦ ਸਭ ਤੋਂ ਸ਼ੇਅਰ ਕਰੂੰਗਾ ਵੀਡੀਓ ਉਹੀ ਜਿੱਤ ਸਕਦਾ ਹੈ ਠੀਕ ਹੈ ਜੀ ਅਤੇ ਜਦੋਂ ਰਿੰਗ ਵੀ ਘੈਂਟੀ ਨੇ ਨਾ ਜੋ ਤੁਹਾਡਾ ਪਾਰਸਲ ਆਉਣਾ ਬਾਅਦ 'ਚ ਰਿੰਗ ਵੀ ਬੋਲਣਾ ਪਊਂਗੀ ਸੂਟ ਆਇਆ ਮੇਰੇ ਟਿਊਨੇ ਚੇਂਜ ਹੋਏ ਨਹੀਂ ਦੇਖੋ ਤਾਂ ਜਦੋਂ ਵੱਡੀ ਪੂਰਾ ਤੁਹਾਨੂੰ ਸੂਟ ਭੇਜ ਦੇਣਾ ਫ੍ਰੀ ਵਿੱਚ ਦੇਖੋ ਤਾਂ ਇਹ ਵੀ 1495 ਦੇ ਦੇਣਾ ਕਲਰ ਡਿਜ਼ਾਇਨ ਮੈਨੂੰ ਕਾਫੀ ਆ ਜਿਹੜਾ ਮਰਜ਼ੀ ਕਲਰ ਲਿਆ ਮਰਜ਼ੀ ਤੁਸੀਂ ਡਿਜ਼ਾਇਨ ਲੈ ਕੇ ਜਾ ਸਕਦੇ ਆ ਇਹ ਹੈਗੇ ਕੰਟਰਾਸਟ ਆਲ ਓਵਰ ਵਿੱਚ ਆ ਜਾਂਦੇ ਜੀ ਆਲ ਓਵਰ ਸੂਟ ਆ ਗਿਆ ਪੂਰਾ ਬਾਜੂ ਵਰਕ ਦੇਖੋ ਪੂਰਾ ਗੋਲਡ ਨਾਲ ਕੜੀ ਹੋਈ ਆ ਤੁਹਾਨੂੰ ਗੋਲਡ ਦਾ ਹੈ ਨਾ ਸੈੱਟ ਪਾਉਣ ਦੀ ਲੋੜ ਨਹੀਂ ਪੈਣੀ ਪੂਰਾ ਗੋਲਡ ਦਾ ਸੈੱਟ ਪਾਤਾ ਆਪਾਂ ਦੇਖੋ ਚੁੰਨੀ ਨਾਲ ਦੀ ਪੂਰੀ ਜਾਂਦਾ ਮੈਚਿੰਗ ਠੀਕ ਹੈ ਅਤੇ ਨਾਲ ਦੀ ਦੇਖੋ ਇਹ ਵੀ ਆਪਾਂ 1495 ਦੇਣਾ ਜੀ ਇਹ ਵੀ 1495 ਜੀ ਕਲਰ ਡਿਜ਼ਾਇਨ ਹੀ ਕਾਫੀ ਹੈ 1495 ਇੰਨੇ ਸੂਟ ਆ ਭਾਵੇਂ ਤੁਸੀਂ ਨਾ ਇੱਕ ਹਫ਼ਤਾ ਬਹਿ ਕੇ ਸਾਡੇ ਕੋਲ ਸੂਟ ਦੇਖੀ ਜਾਓ ਤੁਹਾਨੂੰ ਤਾਂ ਵੀ ਸਾਡੇ ਸੂਟ ਨਹੀਂ ਮੁੱਕਣੇ ਨਹੀਂ ਰੇਂਜ ਹੈਗੀ 1495 ਵਿੱਚ ਵੀ ਇਹ ਤਾਂ ਗੱਲ ਸਹੀ ਹੈ ਮੈਂ ਦੇਖੀ ਇੱਕ ਵੀ ਥੱਕ ਜਾਂਦੀ ਹਾਂ ਪਰ ਤੁਹਾਡੀ ਵੈਰਾਈਟੀ ਨਹੀਂ ਖਤਮ ਹੋਣ ਤੇ ਆਉਂਦੀ ਕੰਟਰਾਸਟ ਲੈ ਲਓ ਆਲ ਓਵਰ ਸੂਟ ਲੈ ਲਓ ਇੱਦੇ ਕਲਰ ਡਿਜ਼ਾਈਨਸ ਨੇ ਤੁਹਾਡੇ ਕੋਲ ਇਹ ਵੀ ਮੈਡਮ ਦੇਖੋ ਜੀ 2500 ਦੱਸ ਦੇ ਬਾਹਰ MRP 2500 ਸਾਕੋ ਵੀ 1495 ਰੇਂਜ ਆ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਹੈ ਗਰੇ ਦੇ ਨਾਲ ਦੇਖੋ ਗਾਜੀ ਦਾ ਕਿੰਨਾ ਪਿਆਰਾ ਕੰਬੀਨੇਸ਼ਨ ਹੈਗਾ ਜੀ ਤੇ ਇੰਨੇ ਕੁ ਸਸਤੇ ਕਿਉਂ ਮਤਲਬ ਕੀ ਕਾਰਨ ਕੀ ਇੰਨੇ ਸਸਤੇ ਜ਼ਿਆਦਾ ਹੋਣ ਦਾ ਮੈਂ ਸਸਤੇ ਦੇ ਕਾਰਨ ਇਹ ਸਭ ਤੋਂ ਮਾਲ ਸਿੱਧਾ ਡਾਇਰੈਕਟ ਕੰਪਨੀ ਦਾ ਆ ਰਿਹਾ ਵਿਚੋਲੀਆਂ ਜਿਹੜੇ ਵਿੱਚ ਵਿਚੋਲੇ ਹੁੰਦੇ ਨਾ ਉਹ ਵਿਚੋਲੇ ਵਿੱਚ ਹੈ ਨਹੀਂ ਗਏ ਸਿੱਧਾ ਮਾਲ ਡਾਇਰੈਕਟ ਆ ਰਿਹਾ ਆ 5-5, 10-10 ਰੁਪਏ ਮਾਰਜਨ ਚੀਜ਼ਾਂ ਵੇਚੀ ਜਾਂਦੇ ਆ ਠੀਕ ਹੈ ਇਹ ਥੋੜ੍ਹਾ ਕਿ ਆਪਾਂ ਸ਼ਾਮ ਤੱਕ 1-2 ਪੀਸ ਬੈਠੇ 1000 ਪੀਸ ਵੇਚੀ ਦੇਖੋ ਸਵੇਰੇ ਮੇਲਾ ਲੱਗਣਾ ਸ਼ੁਰੂ ਹੋ ਜਾਂਦਾ ਲੋਕੀ ਆਪਣੇ ਆਪਣੇ ਮੋਬਾਈਲ ਕੱਢ ਕੇ ਲੱਗੇ ਹੋਏ ਦੇਖੋ ਆਨਲਾਈਨ ਸ਼ਾਪਿੰਗ ਕਰਾਉਣ ਵਾਸਤੇ ਦੇਖੋ ਤੇ ਤੁਹਾਡਾ 5-10 ਰੁਪਏ ਦੇ ਮਾਰਜਨ ਦੇ ਵਿੱਚ ਸੂਟ ਵੇਚਣ ਦਾ ਮੇਨ ਕਾਰਨ ਹੈ ਸੇਲ ਇਨਕਰੀਜ਼ ਕਰਨਾ ਕਿ ਤੁਸੀਂ ਸੇਲ ਵਧਾਉਣਾ ਚਾਹੁੰਦੇ ਹੋ ਬਿਲਕੁਲ ਮੈਂ ਸੇਲ ਮਾਲਕ ਦੀ ਕਿਰਪਾ ਉਦੇ ਹੋਈ ਹੋਆ ਸੇਲ ਉਦੇ ਵਧੀ ਜਾਂਦੀ ਹੈ ਕਿਉਂਕਿ ਆਪਾਂ ਕੁਆਂਟੀਟੀ ਮਾਲ ਵੇਚਣਾ ਹੈਗਾ ਆ 5-5, 10-10 ਰੁਪਏ ਮਾਰਜਨ ਚੀਜ਼ ਵੇਚਣੀ ਹੈ ਬਾਕੀ ਕਿਸੇ ਮੰਗਣਾ 500 ਹੋਇਆ ਸੂਟ ਮਗਰ ਵਿਚਾਉਣਾ ਕਿਸੇ 1000 ਮੰਗਾਉਣਾ ਠੀਕ ਹੈ ਆਪਾਂ 10-15 ਰੁਪਏ ਵੱਧ ਤੋਂ ਵੱਧ 5 ਰੁਪਈਏ ਇਹ ਜ਼ਿਆਦਾ ਨਹੀਂ ਹੈਗਾ ਠੀਕ ਹੈ ਜੀ ਹੁਣ ਆਹ ਤੁਹਾਨੂੰ ਦਿਖਾਉਂਦੇ ਹਾਂ 1800 ਰੇਂਜ ਹੈ ਸੂਟ ਦੇਖੋ ਕਿੰਨਾ ਪਿਆਰਾ ਕਲਰ ਹੈਗਾ ਡਿਜ਼ਾਈਨਿੰਗ ਬਹੁਤ ਸੁਪਰ ਹੈਗੀ ਇਹਦੀ ਪੂਰਾ ਦੇਖੋ ਬਾਜੂ ਵਰਕ ਹੈਗਾ ਲੌਂਗ ਦੇ ਵਿੱਚ ਆ ਨੈਕ ਬਣਿਆ ਹੋਇਆ ਘੇਰਾ ਬਣਿਆ ਵਧੀਆ ਤੇ ਨਾਲ ਦੇਖੋ ਇਹਦੀ ਬੋਟਮ ਆ ਗਈ ਹੈ ਠੀਕ ਹੈ ਬੋਟਮ ਤੇ ਨਾਲ ਦੇਖੋ ਦੁਪੱਟਾ ਕਿੰਨਾ ਵਧੀਆ ਨਾਲ ਇਹ ਵੀ ਤੁਹਾਨੂੰ ਆਪਾਂ 1800 ਰੇਂਜ ਦੇਣਾ ਮੈਡਮ ਜੀ 1800 ਰੁਪਈਆ ਡਿਜ਼ਾਈਨਿੰਗ ਤੁਹਾਨੂੰ ਹਰ ਤਰ੍ਹਾਂ ਮਿਲੂਗੀ ਬਾਕੀ ਦੱਸਣਾ ਤੁਸੀਂ ਆ ਜਿੱਦਾਂ ਤੁਸੀਂ ਆਪਣੀ ਫੋਟੋ ਦੇ ਕਈ ਵਾਰ ਫੋਟੋ ਹੁੰਦੀ ਕੋਲ ਨਾ ਕਿ ਸਾਨੂੰ ਇਹਦੇ ਅਕੋਰਡਿੰਗ ਸਾਨੂੰ ਸੂਟ ਚਾਹੀਦਾ ਹੈ ਉਹ ਵੀ ਤੁਹਾਨੂੰ ਆਪਾਂ ਪ੍ਰੋਵਾਈਡ ਕਰਕੇ ਦੇਵਾਂਗੇ ਤੁਸੀਂ ਸਾਨੂੰ ਪਿਕ ਦਿਖਾ ਸਕਦੇ ਆ ਕਿ ਹਰ ਚੀਜ਼ ਦਾ ਧਿਆਨ ਰੱਖਿਆ ਗਿਆ ਤੁਸੀਂ ਫੋਟੋ
ਜਿਹਨੂੰ ਚੰਗਾ ਲੱਗਦਾ ਸਕਰੀਨਸ਼ਾਟ ਲੈ ਕੇ ਸਾਈਡ ਤੇ ਨਾਲੇ ਕਰਵਾ ਲਿਓ, ਕਿਉਂਕਿ ਤੁਹਾਨੂੰ ਪਤਾ ਹੈ ਵੀਡੀਓ ਕਰੀ ਪੈ ਜਾਂਦੀ ਹੈ ਨਾ, ਇਹ ਚੀਜ਼ਾਂ ਵੀ ਤੁਹਾਨੂੰ ਪਤਾ ਵੀ ਮਿਲਦੀਆਂ ਨਹੀਂ ਹੈਗੀਆਂ। ਫਿਰ ਤੁਸੀਂ ਸਕਰੀਨਸ਼ਾਟ ਲੈ ਕੇ ਮਗਰ ਮਗਰ ਘੁੰਮਦੇ, ਤੁਹਾਨੂੰ ਚੀਜ਼ਾਂ ਨਹੀਂ ਮਿਲਦੀਆਂ ਹੈਗੀਆਂ ਜੋ ਤੁਹਾਨੂੰ ਆਪਾਂ ਦਿਖਾਉਣੀ ਹੈਗੀਆਂ। ਇਹ ਵੀ ਤੁਹਾਨੂੰ ਆਪਾਂ ਦੇਣਾ ਸਿਰਫ ਤੇ ਸਿਰਫ 2200 ਰੁਪਏ 'ਚ ਮੈਡਮ। 2200 ਦੇਖੋ ਸੂਟ ਕਿੰਨਾ ਪਿਆਰਾ ਆ, ਦੁਪੱਟੇ ਦੇਖੋ ਨਾਲ ਖੁੱਲ੍ਹੇ ਡੁੱਲੇ ਵਧੀਆ, ਪੂਰੀ ਨਾਲੇ ਬੁੱਕਲ ਵੱਜੂਗੀ ਨਹੀਂ ਕਿ ਦੁਪੱਟੇ ਛੋਟੇ ਆ। ਦੇਖੋ ਤਾਂ ਸਿਰਫ 2200 ਰੇਂਜ ਦੇਣਾ, ਕਿਸੇ ਨੇ ਮੰਗਣਾ 3000, ਕਿਸੇ ਨੇ 3500, ਆਪਾਂ ਤੁਹਾਨੂੰ 2200 ਦੇਣਾ। ਆਪਣੇ 'ਚ ਕਲਰ ਕੋਂਬੀਨੇਸ਼ਨ ਤੁਹਾਨੂੰ ਅਲੱਗ ਅਲੱਗ ਮਿਲ ਜਾਊਗੇ ਜੀ। ਇੱਡਾ ਸੋਹਣਾ ਸੂਟ ਤੇ 2200 ਦੀ ਰੇਂਜ ਦੇ ਵਿੱਚ ਮਤਲਬ ਕਿਤੇ ਨਹੀਂ ਮਿਲਣਾ, ਤੇ ਕੁਆਲਿਟੀ ਤਾਂ ਇੰਨੀ ਵਧੀਆ ਹੈ ਕਿ ਸ਼ਰਿੰਕ ਤਾਂ ਨਹੀਂ ਹੁੰਦੇ। ਲੋਕਾਂ ਦਾ ਨਾ ਇਹ ਕੁਐਸਚਨ ਬਹੁਤ ਜ਼ਿਆਦਾ ਹੁੰਦਾ ਕਿ ਪਹਿਲੇ ਵਾਸ਼ ਤੋਂ ਬਾਅਦ ਸ਼ਰਿੰਕ ਤਾਂ ਨਹੀਂ ਹੁੰਦੇ ਇਹ ਸੂਟ? ਮੈਂ ਸੂਟ ਸ਼ਰਿੰਕ ਰਹੇ, ਬੰਦਾ ਸ਼ਰਿੰਕ ਹੋਏ ਬੱਕਰੀ ਗੱਲ, ਪਰ ਸੂਟ ਸਾਡੇ ਸ਼ਰਿੰਕ ਨਹੀਂ ਹੋਣੇ। ਠੀਕ ਹੈ ਜੀ, ਦੇਖੋ ਲੈ ਲਓ, ਦੇਖ ਲਓ ਕਿ ਸੂਟ ਕੋਈ ਸ਼ਰਿੰਕ ਨਹੀਂ ਹੋਣੇ। ਠੀਕ ਹੈ ਜੀ, ਤੇ ਇੰਨੇ ਵਧੀਆ ਵਧੀਆ ਕਲਰ ਹੈਗੇ ਤੇ ਇੰਨੇ ਵਧੀਆ ਸੂਟ ਹੈਗੇ ਤੇ ਡਿਜ਼ਾਈਨ ਬਹੁਤ ਸੁਪਰ ਹੈਗੀ ਹੈ। ਦੇਖੋ ਕਿੰਨੇ ਕਿੰਨੇ ਪਿਆਰੇ ਦੁਪੱਟੇ ਆ। ਆ ਦੇਖੋ ਮੈਂ ਕੈਮਰਾ ਮਾਰੇ ਭਾਜੀ ਚੰਗੇ ਦੇ ਕੈਮਰੇ, ਦੇਖੋ ਦੁਪੱਟੇ ਉੱਪਰ ਦੇਖੋ ਕਿੰਨਾ ਪਿਆਰਾ ਦੁਪੱਟਾ ਹੈਗਾ ਆ। ਇਹੀ ਤੁਸੀਂ ਬਾਹਰ ਲੈਣ ਜਾਓਗੇ 1500 ਕੋਈ ਘੱਟ ਨਹੀਂ ਦੇਣਾ, ਆਪਾਂ ਤੁਹਾਨੂੰ ਮੈਂ 2200 ਸੂਟ ਦੇਣਾ ਪੂਰਾ ਆਪਾਂ। ਠੀਕ ਹੈ ਜੀ, ਡਿਜ਼ਾਈਨ ਲਾਈਟ ਚਾਹੀਦੇ, ਤੁਹਾਨੂੰ ਡਾਰਕ ਚਾਹੀਦੇ, ਹਰ ਤਰ੍ਹਾਂ ਤੁਹਾਨੂੰ ਕਲਰ ਮਿਲ ਜਾਣੇ ਹੈਗੇ ਆ, ਹਰ ਤਰ੍ਹਾਂ ਡਿਜ਼ਾਈਨ ਹੈਗੀ। ਦੇਖੋ ਤਾਂ ਤਾਜ਼ੇ ਪਕੌੜੇ, ਦੇਖੋ ਸਾਡੇ ਸਾਹਮਣੇ ਪੈਕਿੰਗ ਖੁੱਲਦੀਆਂ ਪਈਆਂ। ਦੇਖੋ ਵਰਾਇਟੀ ਸਾਡੇ ਕੋਲ ਡੇਲੀ ਨਵੀਂ ਆਉਂਦੀ ਹੈ। ਦੇਖੋ ਕਿੰਨੇ ਪਿਆਰੇ ਕਲਰ ਹੈਗੇ ਆ, ਵੀ ਜੈਂਟਲੀ ਸ਼ੇਡ ਹੈ ਵੀ। ਇਹ ਵੀ 2200 ਰੇਂਜ ਦੇਣਾ ਆਪਾਂ ਜੀ। ਦੇਖ ਲਓ, ਇਹ ਤਾਂ ਹਜੇ ਉਹ ਵਰਾਇਟੀ ਜਿਹੜੀ ਅੱਜ ਆਈ ਹੈ, ਤੇ ਰੋਜ਼ ਇਹੋ ਜਿਹੀ ਰੋਜ਼ ਨਵੀਂ ਵਰਾਇਟੀ ਆਉਂਦੀ ਹੈ ਵੱਡੇ ਡੀਪੂ ਤੇ, ਮਤਲਬ ਕੋਈ ਘਾਟ ਨਹੀਂ ਹੈਗੀ ਵਰਾਇਟੀ ਦੀ ਇੱਥੇ। ਤੇ ਦੁਪੱਟੇ ਐਡੇ ਸੋਹਣੇ ਸੋਹਣੇ ਕਿ ਇਕੱਲੇ ਦੁਪੱਟੇ ਹੀ 700-800 ਦੇ ਤੁਹਾਨੂੰ ਮਿਲਦੇ ਨੇ। ਪੇਂਟ ਕਰਾਉਣ ਚੱਲ ਜਾਓ ਮਹਾਰਾ, ਦੇਖੋ ਕਿੰਨੇ ਮਹਿੰਗਾ ਬੈਂਡ ਆਇਆ। ਦੇਖੋ ਸਾਕੋ ਪੇਂਟ ਨਾਲ ਤੁਸੀਂ ਸੂਟ 2200 ਰੇਂਜ ਲੱਗਦਾ ਪੂਰਾ। ਦੇਖੋ ਦੁਪੱਟਾ ਬਹਿਜਾ ਬਹਿਜਾ ਹੋਣੀ ਪਾਲਣ ਮਾਰੇ, ਕਿੰਨਾ ਵਧੀਆ ਸੂਟ ਹੈਗਾ ਆ। ਦੁਪੱਟਾ ਦੇਖੋ ਕਿੰਨਾ ਪਿਆਰਾ ਹੈਗਾ, ਸਿਰਫ 2200 ਰੇਂਜ ਮੈਡਮ ਜੀ, 2200 ਰੇਂਜ ਆ। ਗੱਲਾਂ ਜਿਹੜੇ ਮਰਜ਼ੀ ਲੱਗੇ, ਇਸ ਤੋਂ ਉੱਪਰ ਵੀ ਵਰਾਇਟੀ ਦੇਖਣ ਚਾਹੁੰਦੇ, ਵਰਾਇਟੀ ਜਿੱਦਾਂ ਦੇਖਣ ਚਾਹੁੰਦੇ ਨਾ ਕਿ ਸਾਨੂੰ ਫੰਕਸ਼ਨ ਥੋੜ੍ਹਾ ਹੈਵੀ ਸੂਟ ਚਾਹੀਦੇ ਆ, ਤੁਹਾਨੂੰ ਉਹ ਵੀ ਆਪਣੇ ਮਿਲ ਜਾਣੇ ਹੈਗੇ ਆ। ਦੇਖੋ ਆਹ, ਦੇਖੋ ਸੂਟ ਤੁਸੀਂ ਬਾਹਰੋਂ ਲੈਣ ਜਾ, ਕਿਸੇ ਨੂੰ ਦੱਸਣਾ 5000 ਤੇ ਕਿਸੇ ਨੂੰ ਮੰਗਣਾ 6000 ਰੁਪਈਆ, ਆਪਾਂ ਤੁਹਾਨੂੰ ਦੇਣਾ ਸਿਰਫ 3000 ਦੀ ਰੇਂਜ ਜੀ, 3000 ਦੀ ਰੇਂਜ। ਦੇਖੋ ਕਿੰਨਾ ਪਿਆਰਾ ਸੂਟ ਹੈ ਵੀ, ਜਗਮਗ ਜਗਮਗ ਕਰਦਾ ਪੂਰਾ, ਕਲਰ ਵੀ ਡਿਫਰੈਂਟ ਜਿਹਾ ਆ। ਕੁੜੀਆਂ ਅੱਜ ਕੱਲ੍ਹ ਕਲਰ ਬਹੁਤ ਪਾਉਂਦੀਆਂ, ਬਹੁਤ ਮੰਗਦੀਆਂ ਕਿ ਸਾਨੂੰ ਇਹਦੇ ਨਾਲ ਕਲਰ ਲੈ ਕੇ ਦਿਓ। ਇਹ ਵੀ ਲਾਈਨਾਂ 'ਚ ਲੱਗ ਕੇ ਮਿਲਦੇ ਸੀ, ਇੱਦਾਂ ਦੇ ਕਲਰ ਜਿਹੜੇ ਹੈਗੇ ਆ, ਸਿਰਫ 3000 ਦੀ ਰੇਂਜ ਮੈਡਮ ਦੇਣਾ ਤੁਹਾਨੂੰ ਆਪਾਂ। ਨਿਊ ਕਲਰ ਹੈ ਤੇ ਐਡਾ ਸੋਹਣਾ ਕਲਰ ਹੈ ਤੇ 3000 ਦੀ ਰੇਂਜ ਵੀ ਤੁਹਾਨੂੰ ਪੂਰਾ ਦਾ ਪੂਰਾ ਸੂਟ ਮਿਲ ਰਿਹਾ ਹੈ। ਬਾਰ ਬਾਰ ਕਹਿੰਦੀ ਹਾਂ, ਤੁਸੀਂ ਲੇਡੀਜ਼ ਦੇ ਵੀਡੀਓਜ਼ ਦੇਖ ਰਹੇ ਨੇ, ਉਹ ਵੀ ਇਹ ਗੱਲ ਜਾਣਦੀਆਂ ਨੇ ਕਿ ਜਦ ਆਪਾਂ ਇੱਦਾਂ ਦੇ ਦੁਪੱਟੇ ਬਾਹਰੋਂ ਲੈਣ ਜਾਂਦੇ, ਇਕੱਲੇ ਦੁਪੱਟੇ ਦੀ ਗੱਲ ਕਰ ਰਹੀ ਹਾਂ ਮੈਂ ਇਸ ਵੇਲੇ, ਇਕੱਲੇ ਦੁਪੱਟੇ ਹੀ ਇਹ 1000-1500 ਤੋਂ ਘੱਟ ਦਾ ਦੁਪੱਟਾ ਨਹੀਂ ਹੈਗਾ। ਜਿੱਦਾਂ ਦਾ ਇੱਥੇ ਵਰਕ ਹੋਇਆ ਹੋਇਆ ਤੁਸੀਂ ਦੇਖ ਸਕਦੇ, ਜਿੱਦਾਂ ਕਢਾਈ ਹੋਈ ਹੋਈ ਹੈ, ਇਹ ਬਾਰਡਰ ਲੱਗਿਆ ਹੋਇਆ, ਇਹ ਘੱਟੋ ਘੱਟ 1500 ਦਾ ਦੁਪੱਟਾ ਬਾਹਰੋਂ ਪੈਂਦਾ ਹੀ। ਤੇ ਪੂਰਾ ਸੂਟ ਕਿੰਨਾ ਦਾ ਪੈਣਾ? ਸਿਰਫ 3000 ਦਾ ਮੈਡਮ, 1500 ਸੂਟ, 1500 ਦੁਪੱਟਾ, 3000 ਤੁਹਾਨੂੰ ਪੂਰਾ ਕਰਕੇ ਦੇਣਾ ਆਪਾਂ। ਐਡੇ ਘੱਟ ਪ੍ਰਾਈਸ ਦੇ ਵਿੱਚ ਤੁਸੀਂ ਪੂਰਾ ਦਾ ਪੂਰਾ ਸੂਟ ਲੈ ਕੇ ਜਾ ਸਕਦੇ। ਹੋਰ ਕਲਰ ਮੇਰੇ ਬਹੁਤ ਜ਼ਿਆਦਾ ਹੈਗੇ ਆ, ਤੇ ਬਾਕੀ ਤੁਹਾਨੂੰ ਆਪਾਂ ਨਾਰਕਲੀ ਨਵੀਂ ਆਈ ਆ, ਤੁਹਾਨੂੰ ਦਿਖਾਉਂਦੇ ਆ। ਨਾਰਕਲੀ ਬਹੁਤ ਚੱਲਦੀਆਂ ਅੱਜ ਕੱਲ੍ਹ, ਉਹਦਾ ਬਹੁਤ ਟ੍ਰੈਂਡ ਹੈਗਾ ਨਾਰਕਲੀਆਂ ਦਾ, ਕਿ ਸਾਨੂੰ ਨਾਰਕਲੀ ਪਲੀਜ਼ ਦਿਖਾਓ। ਆ ਦੇਖੋ ਨਾਰਕਲੀ ਕਿੰਨੇ ਕਿੰਨੇ ਸੋਹਣੇ ਕਲਰ ਆ ਚੁੱਕੇ ਆ, ਕਿੰਨੇ ਕਿੰਨੇ ਪਿਆਰੇ ਸਟਾਈਲ ਹੈਗੇ ਆ। ਫਰੰਟ ਬੈਕ ਪੂਰਾ ਬਣਿਆ, ਬਾਜੂ ਪੂਰੀ ਬਣੀ ਹੋਈ ਆ, ਤੇ ਡਿਜ਼ਾਈਨਿੰਗ ਬਹੁਤ ਸੋਹਣੀ ਆ। ਦੇਖੋ ਫਰੰਟ ਵੀ ਇੱਦਾਂ ਹੀ ਆ ਤੇ ਬੈਕ ਵੀ ਬਣੀ ਹੋਈ ਆ। ਇਹਦਾ ਰੇਟ ਮੈਡਮ ਹੈਗਾ ਬਾਹਰ, ਕਿਸੇ ਨੇ ਮੰਗਣਾ 25000 ਤੇ ਕਿਸੇ ਨੇ ਮੰਗਣਾ 20000, ਆਪਾਂ ਤੁਹਾਨੂੰ ਦੇਣਾ ਸਿਰਫ ਸਿਰਫ 12000 ਦੀ ਰੇਂਜ ਮੈਡਮ ਜੀ। ਇਹ ਪੂਰਾ ਦੇਖੋ ਡੀਸੈਂਟ ਹੈਗਾ ਪੀਸ ਹੈਗਾ, ਦੇਖੋ ਨਾਲ ਦੁਪੱਟੇ ਕਿੰਨੇ ਕਿੰਨੇ ਵਧੀਆ ਜੀ, ਸਿਰਫ 12000 ਦੀ ਰੇਂਜ ਲੈਣਾ, 12000 ਦੀ ਰੇਂਜ ਆ। ਤੁਸੀਂ ਆਪਣੀ ਵੈਡਿੰਗ ਦੀ ਸ਼ਾਪਿੰਗ ਕਰਨੀ ਹੈ ਤਾਂ ਕੋਈ ਫੰਕਸ਼ਨਸ ਵਗੈਰਾ ਅਟੈਂਡ ਕਰਨੇ, ਮਤਲਬ ਤੁਸੀਂ ਦੇਖ ਸਕਦੇ ਕਿੰਨਾ ਸੋਹਣਾ ਸੂਟ ਹੈ, ਇੰਨਾ ਸੋਹਣਾ ਵਰਕ ਹੋਇਆ ਹੋਇਆ, ਕਲਰ ਵੀ ਬਹੁਤ ਸੋਹਣਾ, ਹੈਵੀ ਦੁਪੱਟਾ ਹੈ ਨਾਲ, ਤੇ ਆਹ ਬੋਟਮ ਕਿਹੜੀ ਹੈ? ਆ ਦੇਖੋ ਮੈਂ ਬੋਟਮ ਨਾਲ ਆ ਜੀ, ਆ ਦੇਖੋ ਇਹਦੇ ਵੀ ਨਾਲ ਡਿਜ਼ਾਈਨਿੰਗ ਕੀਤੀ ਹੋਈ ਹੈ, ਵਰਕ ਹੈਗਾ ਹਰ ਤੇ, ਤੇ ਬਾਕੀ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਜਿੱਦਾਂ ਤੁਹਾਨੂੰ ਵੈਰਾਈਟੀ ਚਾਹੀਦੀ ਤੁਸੀਂ ਦੇਖ ਸਕਦੇ ਆ। ਆਪਾਂ ਡੇਲੀ ਲਾਈਵ ਹੋ ਕੇ ਵੈਰਾਈਟੀ ਵੀ ਦਿਖਾਈ ਦੇਈਏ, ਸਾਡਾ ਯੂਟਿਊਬ ਚੈਨਲ ਹੈਗਾ ਵੱਡਾ ਡੀਪੂ ਬੰਗ, ਉਹ ਵੀ ਸਬਸਕ੍ਰਾਈਬ ਕਰ ਸਕਦੇ ਆ, ਸਾਡਾ ਪੇਜ ਹੈਗਾ, ਉਹ ਵੀ ਤੁਸੀਂ ਫੋਲੋ ਕਰ ਲਓ, ਤਾਂ ਕਿ ਸਾਡਾ ਡੇਲੀ ਜੁੜ ਕੇ ਵੈਰਾਈਟੀ ਦੇਖ ਸਕਦੇ ਆ। ਸਾਡੇ ਆਊਟ ਆਫ ਕੰਟਰੀ, ਆਊਟ ਆਫ ਸਟੇਟ ਸਾਡੇ ਪਾਰਸਲ ਜਾਂਦੇ ਆ, ਤੁਸੀਂ ਇਸ ਚੀਜ਼ ਦਾ ਫਾਇਦਾ ਲੈ ਸਕਦੇ ਹੈਗੇ। ਸਰ, ਸਕਰੀਨ ਤੇ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਕਾਲ ਕਰਕੇ ਆਨਲਾਈਨ ਸ਼ਾਪਿੰਗ ਵੀ ਕਰ ਸਕਦੇ ਹੋ। ਮੈਂ ਵਾਰ ਵਾਰ ਕਹਿ ਰਹੀ ਹਾਂ, ਸਕਰੀਨ ਤੇ ਜਿਹੜੇ ਨੰਬਰ ਚੱਲਦੇ ਪਏ ਨੇ ਤੁਸੀਂ ਉਹਨਾਂ ਨੰਬਰ ਤੇ ਕਾਲ ਕਰ ਸਕਦੇ ਹੋ। ਤੁਸੀਂ ਚੈਨਲ ਵਾਲਿਆਂ ਨੂੰ ਫੋਨ ਨਹੀਂ ਕਰਨਾ, ਕਦੇ ਕਦਾਰ ਮੈਨੂੰ ਫੋਨ ਆਉਣ ਲੱਗ ਜਾਂਦੇ ਨੇ। ਤੁਸੀਂ ਵੱਡੇ ਡਿਪੂ ਦੇ ਨੰਬਰ ਅਸੀਂ ਸਕਰੀਨ ਤੇ ਚਲਾਏ ਹੋਏ ਨੇ, ਤੁਸੀਂ ਉੱਥੇ ਕਾਲ ਕਰ ਸਕਦੇ ਹੋ। ਆ ਦੇਖੋ ਜੀ ਮਾਰਾ, ਕਿੰਨਾ ਪਿਆਰਾ ਪੀਸ ਹੈ ਵੀ ਮੈਡਮ, 2950 ਦੀ ਰੇਂਜ ਦੇਣਾ ਨਾਰਕਲੇ ਸਟਾਈਲ। ਦੇਖੋ 2950 ਦੀ ਰੇਂਜ, ਦੇਖੋ ਕਿੰਨਾ ਪਿਆਰਾ ਪੀਸ ਹੈਗਾ। ਠੀਕ ਆ, ਤੇ ਨਾਲ ਦੇਖੋ ਬਾਜੂ ਵਧੀਆ ਹੈ ਪੂਰਾ, ਦੇਖੋ ਨੈਕ ਵਰਕ ਕੀਤਾ ਹੋਇਆ ਥਰੈਡ ਵਰਕ ਦੇ ਨਾਲ। ਆ ਦੇਖੋ ਆਹ ਬੋਟਮ ਇਹਦੀ ਤੇ ਦੁਪੱਟਾ ਦੇ ਨਾਲ ਬਹੁਤ ਵਧੀਆ ਕੱਟ ਵਰਕ ਦਾ, ਇਹ ਵੀ 2950 ਦੀ ਰੇਂਜ ਨਾਰਕਲੀ ਆਪਾਂ ਦੇ ਰਹੇ ਹਾਂ। ਸਾਕੋ 1650 ਤੋਂ ਸਟਾਰਟਿੰਗ ਹੋਈ ਨਹੀਂ, ਉਸ ਤੋਂ ਉੱਪਰ ਤੁਹਾਡੇ ਡਿਪੈਂਡ ਕਰਦਾ ਜਿੰਨਾ ਤੁਸੀਂ ਮਰਜ਼ੀ ਲੈ ਕੇ ਜਾ ਸਕਦੇ। ਦੇਖੋ ਕਿੰਨੇ ਕਿੰਨੇ ਸੋਹਣੇ ਕਲਰ ਆ, ਜੈਂਟਲੀ ਜੈਂਟਲੀ ਸ਼ੇਡਾਂ ਜੀ।
शो करा देंगे कि वरायटी नवी आई है तुम बेचारे उन्होंने तंग करते रहने प्लीज रिक्वेस्ट है उन्होंने फोन ना करा करो चैनल के फोन से नंबर ना करो गल तो साढ़े ना गल कर सकते हैं ठीक है साढ़े आउट ऑफ कंट्री आउट ऑफ स्टेट साढ़े पार्सल जाते हैं तुम वो भी घर मंगवा सकते हैं तो वीडियो कॉल राही कि ऑनलाइन शॉपिंग हो सकती है ये भी दस दो एक बार हजी हाँ जी मैडम जी तुम दस ही है नंबर से वीडियो कॉल करके जी चीज़ तुम मंगवा मंगा सकते हैं साढ़े आउट ऑफ कंट्री आउट ऑफ स्टेट साढ़े पार्सल जाते हैं ठीक है तो थोड़ा कोई टेंशन नहीं लोनी एक हफ्ते में डिलीवर हो जाता है हफ्ते में सारा कुछ डिलीवर हो जाएगा स्क्रीन पर दिए हुए नंबर से तुम कॉल करके वीडियो कॉल राही सूट पसंद भी कर सकते हो तो वरायटी भी देख सकते हो कोई वरायटी दिखाने से घाट तो नहीं होगी मैंने घाट कोई नहीं हैगी तो थोको घाट होगी समय के पास आपको कोई घाट नहीं होनी ठीक है जी पूरा टाइम लैके देखियो फिर सूट वगैरह पूरे टाइम पसंद करो बिल्कुल बिल्कुल आ देखो मैंने कलर किने किने प्यारे वधिया आ चुके जेंटली जेंटली शेडा मैनी है डिजाइन काफ़ी हैगी है तो 1650 की रेंज मैडम मैडम 1650 की रेंज है कोई 3000 नहीं कोई 3500 सिर्फ 1650 की रेंज मिल जाना थोड़ा यह 1650 ਦੀ ਰੇਂਜ ਮਤਲਬ ਮੈਂ ਉਹੀ ਕਹਿ ਰਹੀ ਹਾਂ ਕਿ ਪ੍ਰਾਈਸ ਵੱਧਦਾ ਰਹਿੰਦਾ ਤੇ ਕਹਿੰਦੇ ਤੁਹਾਡੀ ਕੁਆਲਿਟੀ ਵੀ ਉਸੇ ਹਿਸਾਬ ਨਾਲ ਇਨਕਰੀਜ਼ ਹੁੰਦੀ ਰਹਿੰਦੀ ਹੈ ਤੇ ਕੁਆਲਿਟੀ ਵੀ ਬਹੁਤ ਵਧੀਆ ਤੇ ਡਿਜ਼ਾਈਨ ਵੀ ਬਹੁਤ ਵਧੀਆ ਕਲਰ ਵੀ ਬਹੁਤ ਸੋਹਣੇ ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਕਲਰ ਵੀ ਲੈ ਕੇ ਜਾ ਸਕਦੇ ਹੋ ਜਿਹੜਾ ਕਲਰ ਤੁਹਾਨੂੰ ਚਾਹੀਦਾ ਜਿੱਦਾਂ ਦੇ ਕਲਰ ਤੁਸੀਂ ਚਾਹੁੰਦੇ ਉਦਾਂ ਦੇ ਕਲਰ ਤੁਸੀਂ ਲੈ ਕੇ ਜਾ ਸਕਦੇ ਹੋ ਕਿਉਂ ਹਾਂ ਜੀ ਬਿਲਕੁਲ ਸਾਰੇ ਤੁਹਾਨੂੰ ਮਿਲ ਜਾਣੇ ਸੂਟ ਤੇ ਫਾਕੋ 250 ਤੋਂ ਸਟਾਰਟਿੰਗ ਉਸ ਤੋਂ ਉੱਪਰ ਤੁਸੀਂ ਤੁਹਾਡੇ ਡਿਪੈਂਡ ਕਰਦਾ ਹੈਗਾ ਪੂਰਾ ਫੈਮਿਲੀ ਕੰਪਲੀਟ ਸ਼ੋਰੂਮ ਹੈ ਤੁਹਾਨੂੰ ਆਪਾਂ ਰੈਡੀਮੇਡ ਤੋਂ ਦਿਖਾ ਦਈਏ ਹਾਂਜੀ ਰੈਡੀਮੇਡ ਦਿਖਾ ਦਿਓ ਹਜੀ ਜੀ ਲਓ ਜੀ ਰੈਡੀਮੇਡ ਤੁਹਾਨੂੰ ਦਿਖਾਉਂਦੇ ਆਪਾਂ ਸ਼ਰਾਰਾ ਸੂਟ ਤੁਹਾਡੇ ਦੇਖੋ ਮਨਪਸੰਦ ਦੀ ਵਰਾਇਟੀ ਆ ਚੁੱਕੀ ਮੋਰੇ ਤੇ ਤੁਸੀਂ ਚੀਜ਼ਾਂ ਬਹੁਤ ਪਸੰਦ ਕਰਦੇ ਹੋ ਤੁਸੀਂ ਵੀ ਸ਼ਰਾਰੇ ਕਾਫੀ ਲਾਈਕ ਕਰਦੇ ਆ ਲੁੱਟ ਹੋਏ ਤੁਸੀਂ ਪੂਰਾ ਮੈਨੂੰ ਪਤਾ ਹੈ ਤੁਹਾਡਾ ਆ ਦੇਖੋ ਤਾਂ ਕਿੰਨਾ ਪਿਆਰਾ ਪੀਸ ਹੈਗਾ ਪੂਰਾ ਥਰੈਡ ਵਰਕ ਦੇ ਵਿੱਚ ਹੈ ਕਲਰ ਬਹੁਤ ਜੈਂਟਲੀ ਹੈਗਾ ਆ ਤੇ ਦੁਪੱਟੇ ਨਾਲ ਸੋਹਣੇ ਹੈਗੇ ਆ ਕੋਈ ਮੰਗਦਾ 2000 ਰੁਪਈਆ ਕੋਈ ਮੰਗਦਾ 2500 ਰੁਪਈਆ ਕੋਈ ਰੈਂਟੇ 2000 ਲਈ ਜਾਂਦਾ ਆਪਾਂ ਤੁਹਾਨੂੰ ਮੈਡਮ 1300 ਵਿੱਚ ਦੇਣਾ ਸੀਤਾ ਸਲਾਇਆ ਸਿਰਫ਼ ਤੇ ਸਿਰਫ 1300 ਰੁਪਏ 'ਚ ਦੇਖੋ ਕਿੰਨਾ ਪਿਆਰਾ ਪੀਸ ਹੈਗਾ ਪੂਰਾ ਥਰੈਡ ਵਰਕ ਦੇ ਨਾਲ ਜੜਿਆ ਹੋਇਆ ਸਿਰਫ 1300 ਰੇਂਜ 'ਚ ਕਲਰ ਬਹੁਤ ਸੋਹਣਾ ਸਭ ਤੋਂ ਪਹਿਲੀ ਗੱਲ ਤਾਂ कलर सोहना मैडम चढ़ते कलर है देखो ये भी आप देना है सिर्फ 1300 रेंज मैडम कलर कॉम्बीनेशन बहुत प्यारा है भी 1300 रेंज आप देना पीस देखो कंट्रास्ट के शरारा आ चुके हैं कि तुम देख सकते हो नियॉन कलर का शरारा है पर्पल कलर का वह है उत्तों सूट है नाल दुपट्टा तो बहुत ज्यादा ही सोहना है उही चीज़ है कि दुपट्टे बहुत महंगे आते हैं बट 1300 के भी तुम पूरा सूट लैके जा सकते हो पूरा सूट कंप्लीट लेके जा सकते हो भी 1300 रेंज मैडम जी तो साढ़े को 1300 स्टार्टिंग होती उस तो जिन्हें मर्जी लैस डिपेंड हम थोड़े करते हैं लहंगे चाहिए साड़ियाँ चाहिए थोड़ा लोंग ड्रेसा चाहिए सारी वरायटी अपने को अवेलेबल है भी 1300 के आई है जी सो ये भी थोड़ा आप लास्ट दिखा दी पीसा वाला देखो कितना प्यारा फ्रंट बनया यदा प्लस बैक देख लो अंदाजा दसो मैंने की रेट होगा 2500-3000 हाँ जी 2500-3000 मैं सबको 2000 रेंज आप देना 2000 रेंज 2000 सूट आ जो सा वीडियो बाद शेयर करूँगा लाइक करूँ वधिया वधिया कमेंट करूँगा ना ये शरारा भी आप गिफ्ट कर देना जी हाँ शरारा भी गिफ्ट कर देना वो तो वह शेयर करने वाले याद रख लो हजीत जी की गल जो बंदा वो तो वह शेयर करूगा कमेंट करूगा लाइक करूगा तो वह स्क्रीनशॉट स्क्रीन पर दिए हुए नंबर से वट्सएप राही भेजूगा उन्हू शरारा मुफ्त मिल सकता मतलब घरें कुरियर आया ना तो सीधा तुम सिर्फ अपना एड्रैस देना है आ देखो मैडम कितना प्यारा पीस है भाई चंगी तरह कैमरा मार लियो फ्रंट देखो ये प्लस बैक देखो मैडम दुबई दी खजूर बनी उपर मैंने ध्यान देखो माड़ी खजूर खाने की लड़ नहीं पैनी बस बूटे थोड़े अपने घर पहुँचने आप ही देखो तो फ्रंट कितना हैवी है तो बैक कितना हैवी है तो नाल देखो थले डिजाइन ही कितना वधिया है दुपट्टा उस तो वधिया है दुपट्टा कहिंदा मैं सोहना है शरारा कहिंदा मैं सोहना है तो प्लाजो तो शर्ट कहिंदी मैं सोहना है तो दुपट्टा मैं सोहना है ना हुण तुसीं देखना सोहना इहनां 'च कहिड़ा हैगा आ ठीक है वरायटी काफ़ी हैगी मैडम थोड़े टाइम की घाट होकर करके थोड़ा वरायटी प्रॉपर नहीं दिखा सकते मैं यही कहना चाहना विजिट करो जिहड़ी चीज़ चाहिए तुसीं घर भी मंगवा सकते इत्थे आके भी तुसीं शॉपिंग कर सकते हैं ਆਪਾਂ ਸੂਟ ਦੀ ਵੈਰਾਈਟੀ ਤਾਂ ਪੂਰੀ ਦੇਖ ਲਈ ਹੈ ਅਤੇ ਦੇਖਦੇ ਹਾਂ ਕਿ ਜਿਹੜੇ ਕਸਟਮਰਸ ਇੱਥੇ ਬੈਠੇ ਹੋਏ ਨੇ ਉਹਨਾਂ ਦਾ ਕੀ ਤਜੁਰਬਾ ਰਿਹਾ ਹੈ ਅਤੇ ਉਹ ਇੱਥੇ ਆ ਕੇ ਸ਼ੋਪਿੰਗ ਕਰਨਾ ਕਿਉਂ ਪ੍ਰੈਫਰ ਕਰਦੇ ਆ ਆਪਾਂ ਲੋਕਾਂ ਤੋਂ ਵੀ ਤਾਂ ਸੁਣ ਲਈਏ ਕਿ ਉਹਨਾਂ ਦਾ ਕੀ ਤਜੁਰਬਾ ਅਤੇ ਉਹ ਕੀ ਕਹਿਣਾ ਚਾਹੁੰਦੇ ਵੱਡੇ ਡਿਪੂ ਬਾਰੇ ਆਓ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਆਉਂਦੇ ਨੂੰ ਅਸੀਂ ਇੱਥੇ 2007-08 ਦੇ ਆਨੇ ਆ 2007-08 ਦੇ ਮਤਲਬ ਘੱਟੋ ਘੱਟ 12-13 ਸਾਲ ਹੋ ਚੁੱਕੇ ਨੇ ਤੁਹਾਨੂੰ ਹੋ ਗਏ ਹਾਂਜੀ ਹਾਂਜੀ ਇੰਨਾ ਟਾਈਮ ਹੋ ਗਿਆ ਸਾਨੂੰ ਇੱਥੇ ਆਉਂਦੇ ਆ ਨੂੰ ਤੇ ਇੱਥੇ ਸ਼ਾਪਿੰਗ ਕਰਦੇ ਆ ਜੋ ਵੀ ਸਾਡੀ ਵਿਦੇਸ਼ ਵਿੱਚ ਆ ਘਰ ਲਈ ਆ ਮੈਰਿਜ ਲਈ ਆ ਸਾਰੀ ਸ਼ਾਪਿੰਗ ਸਾਡੀ ਇੱਥੋਂ ਹੀ ਜਾਂਦੀ ਤੇ ਕੀ ਕਾਰਨ ਕੀ ਹੈ ਇਧਰੋਂ ਹੀ ਸ਼ਾਪਿੰਗ ਕਰਨ ਦਾ ਪਿਛਲੇ 12-13 ਸਾਲ ਤੋਂ ਇੱਕ ਤੇ ਇਹਨਾਂ ਦਾ ਜਿੱਦਾਂ ਵਧੀਆ ਡਰੈਸਾਂ ਇੱਕ ਸਸਤਾ ਆ ਇੱਕ ਥੋੜਾ ਇਹਨਾਂ ਦਾ ਸਸਤਾ ਆ ਤੇ ਇੱਕ ਇਹਨਾਂ ਦਾ ਡਰੈਸਾਂ ਵਧੀਆ ਜੋ ਵੀ ਕੱਪੜਾ ਇਹਨਾਂ ਦਾ ਕੰਪਲੇਂਟ ਨਹੀਂ ਹੈਗੀ ਕੋਈ ਵੀ ਇੰਨੀ ਦੇਰ ਤੋਂ ਅਸੀਂ ਇਹਨਾਂ ਕੋਲ ਜੁੜੇ ਹੋਏ ਇਹਨਾਂ ਦੇ ਨਾਲ ਕਿਹੜੇ ਪਾਸੋਂ ਆਉਂਦੇ ਹੋ ਤੁਸੀਂ ਆਪਾਂ ਆਨੇ ਤਾਂ ਇੱਥੋਂ ਜਲੰਧਰੋਂ ਪਹਿਲਾਂ ਆਉਂਦੇ ਸੀ ਹੁਣ ਆਪਾਂ ਇੱਥੋਂ ਭਰੋ ਮਜਾਰੇ ਤੋਂ ਆਉਂਦੇ ਹਾਂ
ਅੱਛਾ ਤੁਸੀਂ ਸਪੈਸ਼ਲੀ ਇੱਥੇ ਆਉਂਦੇ ਹੋ ਤੇ ਮਤਲਬ ਤੁਸੀਂ ਕਹਿ ਰਹੇ ਹੋ ਕਿ ਕੋਈ ਕਦੇ ਡਿਫੈਕਟ ਨਹੀਂ ਹੋਇਆ ਕਦੇ ਕੋਈ ਕੰਪਲੇਂਟ ਨਹੀਂ ਹੋਇਆ ਹਾਂ ਬਾਕੀ ਉੱਦਾਂ ਬਹੁਤ ਵਧੀਆ ਆ ਇਹਨਾਂ ਦਾ ਬਦਲੀ ਕਰ ਦਿੰਦੇ ਆ ਕੱਪੜਾ ਇੱਦਾਂ ਨਹੀਂ ਹੈਗਾ ਵੀ ਨਹੀਂ ਇੱਦਾਂ ਕਰਨਾ ਜੋ ਵੀ ਬਦਲ ਕੇ ਲੈਣਾ ਲਿਜਾ ਸਕਦੇ ਆ ਇਹ ਵੀ ਇਹਨਾਂ ਵਿੱਚ ਬਹੁਤ ਵਧੀਆ ਹੈਗਾ ਇਹਨਾਂ ਦਾ ਤੇ ਮਤਲਬ ਜਿਵੇਂ ਤੁਸੀਂ ਕਹਿ ਰਹੇ ਤੁਸੀਂ 2007 ਦੇ ਆ ਰਹੇ ਹੋ ਕਦੇ ਕਿਸੇ ਹੋਰ ਕੋਲ ਨਹੀਂ ਗਏ ਨਹੀਂ ਅਸੀਂ ਨਹੀਂ ਗਏ ਅਸੀਂ ਇੱਥੇ ਹੀ ਆਉਂਦੇ ਕਿੰਨੇ ਤੱਕ ਦੀ ਸ਼ੋਪਿੰਗ ਕਰਕੇ ਜਾਂਦੇ ਕਿੰਨੇ ਜ਼ਿਆਦਾ ਤੱਕ ਦੀ 3 ਲੱਖ ਦੀ ਵੀ ਹੋ ਜਾਂਦੀ ਆ ਕਿੰਨੇ ਦੀ 3 ਲੱਖ ਦੀ ਵੀ ਹੋ ਜਾਂਦੀ ਆ 3 ਲੱਖ ਦੀ ਵੀ ਸ਼ੋਪਿੰਗ ਹੋ ਜਾਂਦੀ ਆ ਹਾਂਜੀ ਹਾਂਜੀ ਇੰਨੀ ਹੋ ਜਾਂਦੀ ਆ ਸਾਡੀ ਇਹਨਾਂ ਨੂੰ ਪਤਾ ਹੀ ਇੰਨੀ ਹੋ ਜਾਂਦੀ ਸਾਡੀ ਸ਼ੋਪਿੰਗ ਮਤਲਬ ਕੁਛ ਤਾਂ ਖਾਸ ਗੱਲ ਹੈਗੀ ਆ ਵੱਡੇ ਡਿਪੂ 'ਚ ਹੈਗੀ ਆ ਕਿਉਂ ਇੱਥੋਂ ਵਰਾਇਟੀ ਸਾਰੀ ਮਿਲਦੀ ਆ ਨਾ ਜੋ ਵੀ ਲੈਣਾ ਹੋਰ ਪਾਸੇ ਨਹੀਂ ਜਾਣਾ ਪੈਂਦਾ ਇੱਥੇ ਸਾਰਾ ਕੁਛ ਇਹਨਾਂ ਦੇ ਕੋਲ ਹੈਗਾ ਜੋ ਮਰਜ਼ੀ ਲੈ ਤੇ ਸਿਰਫ ਸੂਟਾਂ ਦੀ ਸ਼ੋਪਿੰਗ ਹੁੰਦੀ ਹੈ 3 ਲੱਖ ਦੀ ਆ ਬਾਕੀ ਸਾਰੇ ਸਾਰਾ ਫਰੋਕ ਵਾਲੇ ਜਿੱਦਾਂ ਹੋ ਗਏ ਹਾਂਜੀ ਸਾਰੇ ਲਹਿੰਗੇ ਹੋ ਗਏ ਸੂਟ ਹੋ ਗਏ ਸਾੜੀਆਂ ਜੋ ਵੀ ਹੈਗਾ ਚਾਦਰਾਂ ਸਰਾਣੇ ਜੋ ਵੀ ਉੱਪਰੋਂ ਜੂਲਰੀ ਤੇ ਰੈਡੀਮੈਂਟ ਸਾਰਾ ਇੱਥੋਂ ਚੱਕਦੇ ਮਤਲਬ ਵਿਆਹ ਦਾ ਸਮਾਨ ਵੀ ਇੱਧਰੋਂ ਹੀ ਆ ਜਾਂਦਾ ਵਿਆਹ ਦੀ ਤਿਆਰੀਆਂ ਵੀ ਇੱਧਰੋਂ ਹੋ ਜਾਂਦੀਆਂ ਪੂਰਾ ਦਿਨ ਲੱਗ ਜਾਂਦਾ ਸਵੇਰ ਦੇ ਆਨੇ ਸ਼ਾਮ ਨੂੰ ਜਾਂਦੇ ਮਤਲਬ ਸਵੇਰੇ ਆਨੇ ਹੋ ਸ਼ਾਮ ਵੀ ਜਾਂਦੇ 3-3 ਲੱਖ ਦੀਆਂ ਸ਼ੋਪਿੰਗ ਮਤਲਬ ਪੂਰੇ ਤੁਸੀਂ ਤਾਂ ਪੂਰੀ ਗੱਡੀ ਭਰ ਕੇ ਲੈ ਕੇ ਜਾਂਦੇ ਹਾਂਜੀ ਹਾਂਜੀ ਅਸੀਂ ਕਰਦੇ ਹਾਂ ਸ਼ੋਪਿੰਗ ਇਹਨਾਂ ਦੀ ਸਾਡੀ ਹੁੰਦੀ ਹੈ ਤੇ ਬਾਕੀ ਵੀ ਘਰੇ ਆਹੀ ਪ੍ਰੈਫਰ ਕਰਦੇ ਨੇ ਜਾਂ ਸਿਰਫ ਤੁਸੀਂ ਇੱਥੇ ਆਣਾ ਪ੍ਰੈਫਰ ਕਰਦੇ ਹੋ ਨਹੀਂ ਸਾਰੇ ਸਾਡੀ ਹੋਰ ਵੀ ਜੁੜੇ ਹੋ ਨਾਲ ਸਾਡੇ ਨਾਲ ਕੈਨੇਡਾ ਤੋਂ ਵੀ ਜੁੜੇ ਹੋ ਸਾਰੇ ਇੱਥੇ ਹੀ ਆਉਂਦੇ ਆ ਕੈਨੇਡਾ ਤੋਂ ਕਿਵੇਂ ਜਿੱਦਾਂ ਅਸੀਂ ਸਾਡੀ ਹੋਰ ਵੀ ਫੈਮਲੀਆਂ ਉਹ ਵੀ ਇੱਥੋਂ ਸ਼ੋਪਿੰਗ ਕਰਦੇ ਆ ਤੇ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਕੈਨੇਡਾ ਤੋਂ ਵੀ ਤੁਹਾਡੀ ਫੈਮਲੀ ਜੁੜੀ ਹੋਈ ਹੈ ਉਹ ਆਨਲਾਈਨ ਸ਼ੋਪਿੰਗ ਰਾਹੀਂ ਕਰਦੇ ਆ ਤੁਸੀਂ ਇਹਨਾਂ ਨੂੰ ਕਰਾਉਂਦੇ ਹੋ ਉਹ ਕੱਲ ਆ ਕੇ ਲੈ ਕੇ ਗਏ ਕੱਪੜਾ ਇੱਥੋਂ ਅੱਛਾ ਉਹ ਜਦੋਂ ਇੰਡੀਆ ਵਿਜ਼ਿਟ ਕਰਦੇ ਨੇ ਉਹ ਸਪੈਸ਼ਲੀ ਇੱਥੇ ਆਉਂਦੇ ਨੇ ਸ਼ੋਪਿੰਗ ਕਰਨ ਅਸੀਂ ਉਹਨਾਂ ਨੂੰ ਪਾਰਸਲ ਵੀ ਇੱਥੋਂ ਭੇਜਦੇ ਆ ਇਹ ਤਾਂ ਅਸੀਂ ਇਹਨਾਂ ਤੋਂ ਸੁਣ ਲਿਆ ਕਿ ਕੈਨੇਡਾ ਤੋਂ ਵੀ ਫੈਮਲੀਆਂ ਜੁੜੀਆਂ ਹੋਈਆਂ ਨੇ ਵੱਡੇ ਡਿਪੂ ਦੇ ਨਾਲ ਤੇ ਇਹ ਤਾਂ ਅਸੀਂ ਆਂਟੀ ਜੀ ਨਾਲ ਗੱਲ ਕੀਤੀ ਜਿਹੜੇ 2007 ਤੋਂ ਵੱਡੇ ਡਿਪੂ ਨਾਲ ਜੁੜੇ ਹੋਏ ਆ ਤੇ ਆਪਾਂ ਹੋਰ ਵੀ ਕਸਟਮਰਸ ਨਾਲ ਗੱਲ ਕਰਦੇ ਕਿ ਉਹਨਾਂ ਦੇ ਕੀ ਤਜਰਬੇ ਨੇ ਇੱਥੇ ਸਵੇਰੇ ਸਵੇਰੇ ਤਾਂ ਮੈਂ ਕਹਿੰਦੀ ਹਾਂ ਮੇਲਾ ਲੱਗਿਆ ਹੋਇਆ ਅਸੀਂ ਤਾਂ ਹੀ ਸਵੇਰੇ ਹੀ ਆ ਜਾਂਦੇ ਹਾਂ ਤੇ ਐਡਾ ਮੇਲਾ ਕਚਹਿਰੀ 'ਚ ਨਹੀਂ ਲੱਗਦਾ ਜਿੰਨਾ ਮੇਲਾ ਇੱਥੇ ਲੱਗਿਆ ਹੋਇਆ ਤੇ ਆਪਾਂ ਗੱਲ ਕਰਦੇ ਹਾਂ ਹੋਰ ਵੀ ਕਸਟਮਰਸ ਨਾਲ ਕਿ ਕਿੱਦਾਂ ਦਾ ਉਹਨਾਂ ਦਾ ਤਜਰਬਾ ਰਿਹਾ ਸਤਿ ਸ਼੍ਰੀ ਅਕਾਲ ਜੀ ਮੈਂ ਦੇਖ ਰਹੀ ਤੁਸੀਂ ਫੋਟੋਜ਼ ਵਗੈਰਾ ਕਲਿੱਕ ਕਰ ਰਹੇ ਹੋ ਤੁਹਾਨੂੰ ਕਿੱਦਾਂ ਦੀ ਵੈਰਾਈਟੀ ਲੱਗ ਰਹੀ ਹੈ ਇੱਧਰ ਵੈਰਾਈਟੀ ਹੈਗੀ ਜੀ ਬਹੁਤ ਤਰ੍ਹਾਂ ਦੀ ਆ ਤੇ ਕਿੱਦਾਂ ਦੀ ਤੁਹਾਨੂੰ ਕਿੱਦਾਂ ਦੀ ਲੱਗ ਰਹੀ ਹੈ ਬਹੁਤ
ਬਾਹਰ ਭੇਜਣੀ ਬਾਹਰ ਭੇਜਣ ਲਈ ਤੇ ਕਿ ਅੱਛਾ ਲੇਖੋ ਲੋਕੀ ਸਪੈਸ਼ਲੀ ਆਏ ਹੋਏ ਨੇ ਕਿ ਅਮਰੀਕਾ ਸੂਟ ਭੇਜਣੇ ਨੇ ਤੇ ਉਹ ਫੋਟੋਸ ਕਲਿੱਕ ਕਰਕੇ ਉਹਨਾਂ ਨੂੰ ਸਿਲੈਕਟ ਕਰਾ ਰਹੇ ਨੇ ਕਿ ਤੁਹਾਨੂੰ ਕਿੱਦਾਂ ਦੀ ਵੈਰਾਈਟੀ ਪਸੰਦ ਹੈ ਬਿਲਕੁਲ ਸਹੀ ਆ ਤੇ ਕੀ ਕਾਰਨ ਹੈ ਤੁਸੀਂ 10 ਸਾਲ ਤੋਂ ਇੱਥੇ ਆ ਰਹੇ ਹੋ ਵਧੀਆ ਜੀ ਵੈਰਾਈਟੀ ਕਾਫੀ ਆ ਤੇ ਵੈਰਾਈਟੀ ਕਿੱਦਾਂ ਦੀ ਲੱਗ ਰਹੀ ਹੈ ਬਹੁਤ ਵਧੀਆ ਲੱਗਦੀ ਜੀ ਤੇ ਜਿਹੜੇ ਪ੍ਰਾਈਜ਼ ਨੇ ਵੱਡਾ ਡਿਪੂ ਕਹਿੰਦਾ ਕਿ ਇਹਨਾਂ ਦੇ ਬਾਕੀਆਂ ਨਾਲੋਂ ਪ੍ਰਾਈਜ਼ ਕਾਫੀ ਜ਼ਿਆਦਾ ਘੱਟ ਨੇ ਕਿ ਤੁਸੀਂ ਇਹ ਗੱਲ ਮੰਨਦੇ ਹੋ ਹਾਂਜੀ ਹਾਂਜੀ ਮਤਲਬ ਸਹੀ ਪ੍ਰਾਈਸ 'ਚ ਵੀ ਮਿਲ ਜਾਂਦੇ ਨੇ ਤੇ ਵੱਡੀਆਂ ਵੈਰਾਈਟੀ ਵੀ ਮਿਲ ਜਾਂਦੀ ਹੈ ਤਾਂ ਹੀ ਲੋਕੀ ਸਪੈਸ਼ਲੀ 10 ਸਾਲ ਤੋਂ ਜੁੜੇ ਹੋਏ ਨੇ ਤੁਸੀਂ ਦੇਖਿਆ ਕਿ ਉਹ 10 ਸਾਲ ਤੋਂ ਇੱਥੇ ਆ ਰਹੇ ਨੇ ਤੇ ਹਜੇ ਉਹ ਫੋਟੋਸ ਕਲਿੱਕ ਕਰਕੇ ਵੀਡੀਓ ਕਾਲ ਰਾਹੀਂ ਉਹਨਾਂ ਨੂੰ ਦਿਖਾ ਰਹੇ ਸੀਗੇ ਕਿ ਕਿਹੜੇ ਸੂਟ ਉਹਨਾਂ ਨੇ ਪਸੰਦ ਕਰਨੇ ਹੈ ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਲੋਕੀ ਕਿੱਦਾਂ ਦੀ ਵੈਰਾਈਟੀ ਪਸੰਦ ਕਰਦੇ ਨੇ ਲੋਕੀ ਤਾਂ ਮੈਡਮ ਹਰ ਤਰ੍ਹਾਂ ਦੀ ਵੈਰਾਈਟੀ ਪਸੰਦ ਕਰਦੇ ਆ ਜਿੱਦਾਂ ਰੈਡੀਮੇਡ ਦੇ ਵਿੱਚ ਸ਼ਰਾਰਾ ਸੂਟ ਪਲਾਜੋ ਸੂਟ ਸਾਰੇ ਬਾਹਰ ਜਾਣ ਕੇ ਜ਼ਿਆਦਾ ਕਰਕੇ ਇਹੀ ਜਾ ਰਹੇ ਆ ਜੀ ਸ਼ਰਾਰਾ ਸੂਟ ਹੋ ਗਏ ਤੇ ਹੋਰ ਮਤਲਬ ਕੋਈ ਅਨਸਟਿਚ ਸੂਟ ਵਗੈਰਾ ਚ ਵੀ ਬਹੁਤ ਜ਼ਿਆਦਾ ਜਾ ਰਹੇ ਆ ਫਿਰ ਜਿਸ ਤਰ੍ਹਾਂ ਦੀ ਗਾਹਕ ਦੀ ਡਿਮਾਂਡ ਹੁੰਦੀ ਉਸ ਤਰ੍ਹਾਂ ਦੀ ਵੈਰਾਈਟੀ ਅਸੀਂ ਦਿਖਾ ਦਈਦੀ ਹੈ ਤੇ ਜਿਵੇਂ ਅਸੀਂ ਸੁਣਿਆ ਕਿ ਵੱਡੇ ਡਿਪੂ ਦਾ ਜਿਹੜਾ ਪ੍ਰਾਈਸ ਹੈ ਉਹ ਸਭ ਤੋਂ ਜ਼ਿਆਦਾ ਘੱਟ ਹੈ ਕਿ ਉਹ 5-10 ਰੁਪਏ ਦੇ ਮਾਰਜਨ ਦੇ ਵਿੱਚ ਹੀ ਆਪਾਂ ਰਕੇਸ਼ ਗਾਂਧੀ ਜੀ ਨਾਲ ਵੀ ਗੱਲ ਕੀਤੀ ਸੀ ਉਹ ਕਹਿੰਦੇ 5-10 ਰੁਪਏ ਦੇ ਮਾਰਜਨ 'ਚ ਉਹ ਸੂਟ ਵੇਚਦੇ ਨੇ ਆ ਜਿਹੜੀ ਵੀ ਵੈਰਾਈਟੀ ਉਹ ਵੇਚਦੇ ਨੇ ਉਹਦਾ ਕਾਰਨ ਕੀ ਹੈ ਮੈਡਮ ਜੀ ਇਸ ਦਾ ਕਾਰਨ ਇਹ ਹੈ ਕਿ ਇਹ ਪਿੱਛੋਂ ਜਿੱਦਾਂ ਵੈਰਾਈਟੀ ਸਸਤੀ ਲੈ ਕੇ ਆ ਰਹੇ ਆ ਤੇ ਸਸਤੀ ਵੇਚ ਰਹੇ ਆ ਮਾਰਜਨ ਜਿਹੜਾ ਬਿਲਕੁਲ ਲਿਮਿਟਡ ਪੀਸ ਜ਼ਿਆਦਾ ਕੁਆਲਿਟੀ ਦੇ ਵਿੱਚ ਵੇਚਦੇ ਆ ਅੱਛਾ ਵਧੀਆ ਕੁਆਂਟੀਟੀ ਦੇ ਵਿੱਚ ਤੇ ਕਿੰਨੇ ਕੁ ਸੂਟ ਵਿਕ ਜਾਂਦੇ ਹੋਣੇ ਕਿੰਨੀ ਕੁ ਵੈਰਾਈਟੀ ਵਿਕ ਜਾਂਦੀ ਹੈ ਦਿਨ 'ਚ ਮੈਡਮ ਜੀ ਇਹ ਤਾਂ ਬਹੁਤ ਜ਼ਿਆਦਾ ਕਾਫੀ ਪੀਸ ਵਿਕਦੇ ਆ ਇਹ ਤਾਂ ਕੋਈ ਗਿਣਤੀ ਨਹੀਂ ਹੁੰਦੀ ਰੋਟੀ ਖਾਣ ਦਾ ਵੀ ਟਾਈਮ ਨਹੀਂ ਲੱਗਦਾ ਹੋਣਾ ਤੁਹਾਨੂੰ ਇਹ ਤਾਂ ਤੁਸੀਂ ਵੀ ਦੇਖਦੇ ਆ ਕਿ ਟਾਈਮ ਨਹੀਂ ਹੁੰਦਾ ਇਹ ਤਾਂ ਗੱਲ ਸਹੀ ਹੈ ਮੈਂ ਵੀ ਸਵੇਰੇ ਆ ਕੇ ਬਹਿ ਜਾਂਦੀ ਹਾਂ ਕਿਉਂਕਿ ਮੈਨੂੰ ਪਤਾ ਇੱਥੇ ਕਚਹਿਰੀਆਂ 'ਚ ਏਡੇ ਮੇਲੇ ਨਹੀਂ ਲੱਗਦੇ ਜਿੰਨੇ ਵੱਡੇ ਡਿਪੂ 'ਚ ਲੱਗਦੇ ਤੁਸੀਂ ਬਿਲਕੁਲ ਗੱਲ ਸਹੀ ਕਹਿੰਦੇ ਆ ਕਿ ਬਾਜ਼ਾਰ ਸਾਰਾ ਵਿਹਲਾ ਤੇ ਵੱਡੇ ਡਿਪੂ ਦੇ ਵਿੱਚ ਮੇਲਾ ਜਿਵੇਂ ਕਿ ਤੁਸੀਂ ਸੁਣਿਆ ਭਾਜੀ ਨੇ ਬੜੀ ਸੋਹਣੀ ਗੱਲ ਕਹੀ ਹੈ ਕਿ ਬਾਜ਼ਾਰ ਬੈਠਾ ਵੇਲਾ ਤੇ ਵੱਡੇ ਡਿਪੂ 'ਚ ਲੱਗਿਆ ਮੇਲਾ ਤੇ ਵੱਡੇ ਡਿਪੂ 'ਚ ਤਾਂ ਸੱਚੀ ਮੇਲਾ ਲੱਗਿਆ ਹੋਇਆ ਹੈ ਤੇ ਤੁਸੀਂ ਵੀ ਵੱਡੇ ਡਿਪੂ ਦੀ ਰੌਣਕ ਵਧਾ ਸਕਦੇ ਹੋ ਇਸ ਮੇਲੇ 'ਚ ਹਾਜ਼ਰ ਹੋ ਕੇ ਤੁਸੀਂ ਵੀ ਆ ਸਕਦੇ ਹੋ ਤੁਸੀਂ ਵੀ ਮਿਲ ਸਕਦੇ ਹੋ ਇੰਦੋ ਮਿੰਦੋ ਤੇ ਪ੍ਰੀਤੋ ਨੂੰ ਤੇ ਜਿੰਨੇ ਸੋਹਣੇ ਸੋਹਣੇ ਸੂਟ ਉਹਨਾਂ ਨੇ ਪਾਏ ਹੋਏ ਆ ਤੁਸੀਂ ਉਦਾਂ ਦੀ ਵੈਰਾਈਟੀ ਆਪਣੇ ਕੋਲ ਲੈ ਕੇ ਜਾ ਸਕਦੇ ਹੋ ਤੇ ਤੁਸੀਂ ਤਾਂ ਦੇਖਿਆ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਸੀ ਸਾਡੀਆਂ ਤਿੰਨੋ ਭੈਣਾਂ ਇੰਦੋ ਮਿੰਦੋ ਤੇ ਪ੍ਰੀਤੋ ਤੇ ਤੁਸੀਂ ਵੀ ਇੰਨੇ ਸੋਹਣੇ ਫੱਬ ਸਕਦੇ ਹੋ ਇੰਨੇ ਸੋਹਣੇ ਸੂਟ ਲੈ ਕੇ ਜਾ ਸਕਦੇ ਹੋ ਮੈਂ ਨੰਦਨੀ ਅਰੋੜਾ ਤੁਹਾਡੇ ਤੋਂ ਲੈਂਦੀ ਹਾਂ ਇਜਾਜ਼ਤ ਹਕੀਕਤ ਟੀਵੀ ਪੰਜਾਬੀ ਬੰਗਾ